राजवीर कौर वो भी कलैणी है। बासी साहब साडा घर खराब करता, मदर मेरी नु पैरालाइसिस दा अटैक हो गया, टेंशन दे विच ठीक आ, पापा मेरे सारा दिन काम ते घूमदे ने, भरा मेरा डिप्रेशन दे विच आ, ओ हौली हौली बोलदा पिया क्योंकि ओ डिप्रेशन च। आई नो डोंट वरी, असीं तुहाडी मदद करांगे, मदद करन बस लोक सर रात दे ठीक आ, 2 बजदे ने, मैनू पता मेरा भरा इक रात नहीं सुत्ता, मैं नहीं चाहती कि कल मेरा भरा भी कितने, क्योंकि मैं नहीं चाहती मेरा भरा कल कोई ऐसा स्टेप चक ले। रोटी बानी भी बंद करा दी, कहना कद बंदूक साला जो फोटो भेजदा कद कि भेजदा कल पैसे की नहीं होंगी, कला भरा आया मेरा ठीक है, सारा दिन लाइक इको चीज सोची जाता मेरा कुछ नहीं बनिया, चल पैसा गया जो होना सी साडी जिंदगी च हो गया, पर सानू अगो भी तंग किया जाता, कदे उहदा भरा रिवॉल्वर नाल फोटो पाउंदा ठीक है, कहिंदा मुछ खड़ी आ तुहाडी, तुसी टुकड़ियां मार दिओ एवें दे स्टेटस पा के, मतलब नंबर 4 कॉल लाइन ते आप जी सर। हां जी सासी का भाई जी, प्रोग्राम भाई बहुत सोहना, बड़ी वेटिंग पई मेनू बड़ा बिजी जी, ਤੇ ਭਾਜੀ ਆ ਜਿਹੜਾ ਬੰਦਾ ਆਇਆ ਸੀ ਇਹ ਤੁਸੀਂ ਇਹਨੂੰ ਮਰਦ ਦਾ ਬੱਚਾ ਨਾ ਕਹੋ, ਇਹ ਮਰਦ ਦਾ ਬੱਚਾ ਨਹੀਂ ਹੈਗਾ, ਜਿਹੜਾ ਕਾਲ ਕੀਤੀ ਸੀ ਇਹ ਕਿਸੇ ਜਾਨਵਰ ਦਾ ਬੱਚਾ ਆ, ਇਹ ਜਾਨਵਰ ਬੱਚਾ ਹੈ, ਇਹ 406-894 ਜਿੰਨੇ ਵੀ ਮੇਰੇ ਸੁਣਨ ਵਾਲੇ ਨੇ, ਮੇਰੇ ਸਤਿਕਾਰਯੋਗ ਨੇ, ਇਹਨੂੰ ਫੋਨ ਕਰਕੇ ਲਾਂਹ ਤਾਂ ਪਾਓ, ਇਹ ਸਾਨੂੰ ਡਰਾ ਰਿਹਾ ਕਿ ਧਮਕਾ ਰਿਹਾ ਕਿ ਤੁਹਾਨੂੰ AK-47 ਨਾਲ ਤੁਹਾਨੂੰ ਅੜਾ ਦੂੰ, ਮੈਨੂੰ ਕਹਿੰਦਾ ਜੇ ਮਰਦ ਦਾ ਬੱਚਾ ਹੋਵੇ ਭਾਜੀ ਇਹ ਡਾਇਰੈਕਟ ਕਾਲ ਕਰਕੇ ਤੁਹਾਡੇ ਨਾਲ ਗੱਲ ਕਰੇ, ਫੋਨ ਕੱਟੇ ਨਾ ਤੁਸੀਂ, ਕੱਟਦੇ ਨਹੀਂਗੇ। ਸੋ ਅਸੀਂ ਡਾਟ ਵਰਦੇ ਬਹੁਤ ਜਲਦੀ ਡਿੱਕੇ ਆਊਗਾ, ਇਹਦੇ ਵਰਗੇ ਅਸੀਂ ਬਹੁਤ ਡਿੱਕੇ ਲੈਣੇ, ਤਾਂ ਪੁਲਿਸ ਨੂੰ ਅਸੀਂ ਇਹ ਕੇਸ ਦੇ ਰਹੇ, ਇਨ ਕੇਸ ਕੁਛ ਹੁੰਦਾ ਆ ਤਾਂ ਇਹ ਜ਼ਿੰਮੇਵਾਰ ਹੋਊਗਾ ਸਾਡੀ ਲਾਈਫ ਦਾ। ਬਿਲਕੁਲ ਬਿਲਕੁਲ ਭਾਜੀ, ਭਾਈ ਬਾਕੀ ਪ੍ਰੋਗਰਾਮ ਤਾਂ ਬਹੁਤ ਵਧੀਆ, ਇਹ ਮੁੰਡੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਪਲੇਟਫਾਰਮ ਤੇ ਆਇਆ, ਤੁਸੀਂ ਵੀ ਹੈਲਪ ਕਰੋ, ਜਿਹੜੀ ਕਲੈਣੀ ਫੋਨ ਕੱਟ ਕੇ ਗਈ ਭਾਜੀ ਉਹਦੀ ਬੀਨ ਤੁਸੀਂ ਆਪ ਬਜਾਓ। ਮਿਹਰਬਾਨੀ ਜੀ, ਨੈਕਸਟ ਕਾਲ ਪਲੀਜ਼। ਨੰਬਰ 3 ਕਾਲ ਲਾਈਨ ਤੇ ਹੋ। ਹਾਂਜੀ ਬਾਸੀ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਸਰ? ਬਸ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹੜਾ ਅੱਜ ਦਾ ਮਹਾਮੂਰਖ ਸੀਗਾ ਜੀ, ਇਹਨੀ ਜ਼ਿੰਦਗੀ 'ਚ ਤਾਂ ਆਪ ਕੁਛ ਕਰਨਾ ਨਹੀਂ ਹੁੰਦਾ, ਇਹ ਚੱਲਦੇ ਸਿਸਟਮ ਨੂੰ ਵੀ ਬਹੁਤ ਡਿਸਟਰਬ ਕਰਦੇ ਆ ਜੀ, ਇਹ ਜ਼ਿੰਦਗੀ 'ਚ ਨਾ ਕਿਸੇ ਨੂੰ ਕਰਨ ਦਿੰਦੇ ਨਾ ਇਹਨੇ ਆਪ ਕਰਨ ਜੋਗੇ ਆ ਜੀ। ਤੁਸੀਂ ਵੇਟ ਕਰੋ, ਅਸੀਂ ਤਾਂ ਕਾਨੂੰਨ ਦੇ ਰਖਵਾਲੇ ਆ ਤੇ ਕਾਨੂੰਨ ਦੇ ਮੁਤਾਬਕ ਅਸੀਂ ਆਪਣੀ ਚਾਲ ਚੱਲਦੇ ਆ, ਅਸੀਂ ਵੱਡੇ ਵੱਡੇ ਫੰਨੇਖਾ ਦੇਖੇ ਆ ਜਿਹੜੇ ਕਿ ਮਿਹਨਤ ਕਰਦੇ ਆ, ਇਹ ਕਿੱਥੇ ਹੋ ਰਿਹਾ ਲਿਬੜੂ ਜਿਹਾ, ਔਰ ਉਹਨੂੰ ਇੰਡੀਆ ਜਦੋਂ ਗਿਆ ਤਾਂ ਉਹਨੂੰ ਹੱਥ ਕੜੀਆਂ ਵੀ ਲੱਗੀਆਂ ਤੇ ਚੀਕਾਂ ਮਾਰਦਾ ਆਇਆ ਮੇਰੇ ਕੋਲ ਕਿ ਮੈਨੂੰ ਬਚਾਓ, ਹੁਣ ਜਦੋਂ ਫਿਰ ਜਾਣਾ ਤੇ ਹੁਣ ਫਿਰ ਦੁਆਰਾ ਉਹਦੇ ਹੈਂਡਕਫ ਲੱਗਣੇ ਆ। ਬਿਲਕੁਲ ਬਿਲਕੁਲ, ਸਾਰੇ ਮੁੜ ਕੇ ਮਾਫੀ ਮੰਗਦੇ ਤੁਹਾਡੇ ਕੋਲ ਆ ਕੇ ਜੀ, ਅਸੀਂ ਸਪੇਅਰ ਨਹੀਂ ਕਰਾਂਗੇ ਮੁੰਡੇ ਨੂੰ, ਕਹ ਮੁੰਡਾ ਜਿਹੜਾ ਜੀ ਇਹਨੂੰ ਕਹ ਕੜਸ ਨਾ ਬੋਲੇ, ਤਾਂ ਹੌਲੀ ਹੌਲੀ ਬੋਲਦਾ, ਜਿਹੜਾ ਖਿੱਚ ਕੇ ਕੰਮ ਰੱਖੇ ਕਿੱਦਾਂ ਕੁੜੀ ਭੱਜ ਜੂਏ ਜੀ, ਇਹ ਡਰਿਆ ਜਿਹਾ ਲੱਗਦਾ ਜੀ। ਨਹੀਂ ਪ੍ਰੋਬਲਮ ਇਹਨਾਂ ਮੁੰਡੇ ਦੀ ਇਹੀ ਆ, ਇਹ ਗੱਲ ਜਿਹੜੀ ਇਹਨਾਂ ਚਾਹੇ ਈਗੋ ਆ ਚਾਹੇ ਇਹਨਾਂ ਦਾ ਐਟੀਟਿਊਡ ਇਹੋ ਜਿਹਾ, ਇਹ ਗੱਲ ਨਹੀਂ ਪ੍ਰੋਪਰ ਕਰਦੇ। ਬਿਲਕੁਲ ਬਿਲਕੁਲ ਜੀ, ਗੱਲ ਖਿੱਚ ਕੇ ਕੀਤੀ ਹੋਵੇ ਰੱਖਿਆ ਹੋਵੇ ਤਾਂ ਜਨਾਨੀ ਕਿੱਦਾਂ ਭੱਜ ਜਾਵੀ। ਮਿਹਰਬਾਨੀ ਜੀ, ਨੈਕਸਟ ਕਾਲ ਜਾਂਦੇ, ਅਸੀਂ ਪਬਲਿਕ ਪੀ ਲੈਣੀ ਚਾਹਾਂਗੇ। ਨੰਬਰ 2 ਕਾਲ ਲਾਈਨ ਤੇ ਆਪ ਜੀ ਸਰ। ਹਾਂਜੀ ਅਮਰਿੰਦਰ, ਇਹ ਕੀ ਹੋ ਰਿਹਾ ਸਿਮਰ ਆਪਣੇ ਅਮਰਿੰਦਰ, ਤੁਸੀਂ ਬੜੇ ਸਤਿਕਾਰਯੋਗ ਸਾਡੇ ਸਿਰ ਦੇ ਤਾਜ ਹੋ, ਡੇਲੀ ਇਹ ਫਰਾਡ ਦੀ ਸਟੋਰੀਆਂ ਆ ਰਹੀਆਂ, ਲੜਕੀਆਂ ਆਣ ਕੇ ਮੁੱਕ ਰਹੀਆਂ ਨੇ, ਕਾਰਨ ਕੀ ਆ? ਬਾਸੀ ਸਾਹਿਬ ਮੈਂ ਮੁੰਡੇ ਦਾ ਗੱਲ ਕਰਨੀ ਚਾਹੁੰਦਾ ਜੀ। ਜੀ ਗੱਲ ਕਰੋ ਸਰ। ਬਾਈ ਤੁਹਾਡੇ ਆਪਣੀ ਵੋਟੀ ਨਾਲ ਜਿਹੜੀ ਹੈਗੀ ਹੈ ਜੀ, ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਸੀਗੇ? ਹਾਂਜੀ ਸਰ ਬਿਲਕੁਲ। ਬਾਸੀ ਸਾਹਿਬ ਮੈਂ ਆਹੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਜੀ, ਮੈਂ ਤੇ ਮੇਰਾ ਫਰੈਂਡ ਆਹੀ ਗੱਲ ਕਰਦੇ ਪਏ ਸੀ ਉਸ ਦਿਨ ਪਲਾਜੇ ਵਿੱਚ, ਤੇ ਮੁੰਡਾ ਆ ਕੇ ਕਹਿੰਦਾ ਕਿ ਇਹਦਾ ਹੱਲ ਇਹ ਆ ਕਿ ਤੁਸੀਂ ਜਦੋਂ ਵਾਈਫ ਨੂੰ ਕੈਨੇਡਾ ਭੇਜਣਾ, ਤੁਸੀਂ ਆਪਣੇ ਫਿਜ਼ੀਕਲ ਰਿਲੇਸ਼ਨ ਵਾਈਫ ਨਾਲ ਨਾ ਬਣਾਓ, ਇਹਦਾ ਕਾਰਨ ਹੈ ਜੀ, ਕਿਉਂਕਿ ਜੀ ਜਿਹੜਾ ਮੁੰਡਾ ਹੁੰਦਾ ਭਾਵੇਂ ਜਿਹੜੀ ਕੁੜੀ ਹੁੰਦੀ ਹੈ ਜੀ, ਇੱਕ ਵਾਰ ਫਿਜ਼ੀਕਲ ਰਿਲੇਸ਼ਨ ਬਣ ਜਾਂਦਾ ਨਾ ਜੀ, ਜਿਹੜਾ ਜਦੋਂ ਢੱਕਣ ਖੁੱਲ ਜਾਂਦਾ ਜੀ, ਸੀਲ ਟੁੱਟ ਜਾਂਦੀ ਆ। ਬਾਜੀ ਥੋੜੀ ਬਹੁਤੀ ਜੇ ਕੋਈ ਲੱਜ ਹੈ ਆਪ ਜੀ ਨੂੰ ਥੋੜੀ ਗੱਲ ਕਰੋ, ਮੈਨੂੰ ਲੱਗਦਾ ਤੁਹਾਡੇ ਭੈਣ ਹੋਣੀ ਜੇ ਘਰ ਦੇ, ਬਾਪੂ ਨੇ ਤੇਰੇ ਭੈਣ ਨਹੀਂ ਜੰਮੀ, ਤੇਰੇ ਮੰਮੀ ਆਈ ਹੋਣੀ ਹੈ ਨਾ, ਮਾਤਾ ਸਾਹਮਣੇ ਇਹੋ ਜਿਹੀਆਂ ਗੱਲਾਂ ਤੂੰ ਕਰ ਲੈ, ਕਿਹੜੀਆਂ ਤੂੰ ਗੱਲਾਂ ਕਰੀ ਜਾਂਦਾ ਬੇਵਕੂਫਾ ਯਾਰ, ਪਲੀਜ਼ ਸਾਨੂੰ ਨਾ ਹੀ ਕਾਲ ਕਰੋ ਜੇ ਕਿ ਇਹੋ ਜਿਹੀ ਗੱਲਾਂ। ਨਹੀਂ ਨਹੀਂ ਬਿਲਕੁਲ, ਸਾਨੂੰ ਸਾਨੂੰ ਇਹੋ ਜਿਹੇ ਕਾਲਾਂ ਦੀ ਕੋਈ ਲੋੜ ਨਹੀਂ ਹੈਗੀ, ਜੇ ਤੁਸੀਂ ਇਹੋ ਜਿਹਾ ਕੁਛ ਹੀ ਬੋਲਣਾ, ਜਾਂ ਫਿਰ ਅੱਜ ਰੱਖੜੀ ਦਾ ਤਿਉਹਾਰ ਆ, ਜਾਂ ਫਿਰ ਤੁਸੀਂ ਵੀ ਆਪਦੀ ਭੈਣ ਨੂੰ ਕੋਈ ਰੱਖੜੀ ਬੰਨ੍ਹਦੀ ਤੋਂ ਕੋਈ ਇਹੋ ਜਿਹੀ ਗੱਲ ਹੀ ਕੀਤੀ ਹੋਣੀ ਹੈ।
शर्म करो यार थोड़ी बहुत ही, जायज जायज थोड़ा चली जाता रहा ठीक है नहीं कहते नेक्स्ट टाइम कॉल रेडी थ्रू नहीं करेंगे आई एम सॉरी सो वी टेक डिसीजन नेक्स्ट कॉल प्लीज नंबर वन कॉलर नंबर वन कॉल लाइन थे आप जी ਇਹੋ ਜਿਹੇ ਬਾਸੀ ਸਾਹਿਬ ਉਹ ਹੁੰਦੇ ਆ ਜਿਹੜੇ ਮਤਲਬ ਕਿ ਨਾ ਬਾਅਦ ਚੋਂ ਕਈ ਵਾਰੀ ਟਿਕਟੋਕ ਜਾਂ ਆਪਦੀਆਂ ਇੰਸਟਾਗ੍ਰਾਮ ਚਲਾਉਣ ਵਾਸਤੇ ਆਪਦੀਆਂ ਭੈਣਾਂ ਦੇ ਮਾਵਾਂ ਦੇ ਕੱਪੜੇ ਚੱਕ ਚੱਕ ਦਿਖਾਈ ਜਾਂਦੇ ਹੁੰਦੇ ਮੇਰੀ ਭੈਣ ਨੇ ਆਹ ਪਾਇਆ ਮੇਰੀ ਮਾਂ ਨੇ ਇਹੋ ਜਿਹਾ ਪਾਇਆ ਸ਼ਰਮ ਕਰਿਆ ਕਰੋ ਯਾਰ ਥੋੜੀ ਬਹੁਤੀ ਨੰਬਰ ਵਨ ਕਾਲਰ ਨੰਬਰ ਵਨ ਕਾਲ ਡਰੋਪ ਕਰ ਦਿਓ ਨੈਕਸਟ ਕਾਲ ਲਓ ਜੀ ਨੰਬਰ ਟੂ ਕਾਲ ਜਿਕਸੀ ਲਾਈਨ ਤੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਸਿਰਫ ਇਹੀ ਕਹਿਣਾ ਸੀ ਵੀਰੇ ਵੀ ਤੁਸੀਂ ਸਿੱਧੂ ਵੀਰੇ ਦੇਖ ਲਿਆ ਕਰੋ ਯਾਰ ਵੀ ਇਹਨਾਂ ਨੂੰ ਨਾ ਲੈਣ ਤੇ ਪਾਇਆ ਨਾ ਕਰੋ ਨੰਬਰ ਨੰਬਰ ਨੋਟ ਕਰ ਲਿਆ ਕਰੋ ਕਿਉਂਕਿ ਘਰਾਂ ਘਰਾਂ ਚ ਚੱਲਦਾ ਯਾਰ ਫਿਰ ਚੰਗਾ ਨੀ ਲੱਗਦਾ ਫੈਮਿਲੀ ਚ ਬੈਠੀ ਤੁਸੀਂ ਗੱਲ ਨਹੀਂ ਸਮਝਣ ਸਾਨੂੰ ਕੀ ਪਤਾ ਕਿ ਕਿਹੜੇ ਪਾਗਲ ਕਿੰਨੇ ਪਾਗਲ ਇੱਥੇ ਜੀ ਘਰਾਂ ਚ ਪ੍ਰੋਗਰਾਮ ਚੱਲਦੇ ਆ ਆਪਣੇ ਤੁਸੀਂ ਗੱਲ ਨਹੀਂ ਸਮਝਦੇ ਹੁਣ ਦੱਸੋ ਕਰ ਕਰੀਏ ਕੀ ਜਾਂ ਪ੍ਰੋਮ ਬੰਦ ਕਰ ਦਈਏ ਡਰਾਈਵ ਕਰਦੇ ਹਨਾ ਆਪਣਾ ਉਹ ਕੋਈ ਜਨਮ ਸਿੱਧ ਅਧਿਕਾਰ ਨੀ ਕਿ ਆਪਾਂ ਡਰਾਈਵ ਕਰਨਾ ਹਨਾ ਉਹਨਾਂ ਨੇ ਆਪਾਂ ਨੂੰ ਪ੍ਰਿਵਲੇਜ ਦਿੱਤਾ ਕਿ ਤੁਸੀਂ ਡਰਾਈਵ ਕਰ ਸਕਦੇ ਹੋ ਪਰ ਹਿਸਾਬ ਕਿਤਾਬ ਦੇ ਨਾਲ ਵੀ ਕਿਸੇ ਦੀ ਜਾਨ ਨੀ ਲੈਣੀ ਕਿਸੇ ਦੀ ਗੱਡੀ ਨੀ ਭੰਨਣੀ ਜਾਂ ਕਿਸੇ 'ਚ ਮਾਰਨਾ ਨੀ ਹੈ ਨਾ ਸੋ ਸੇਮ ਸਾਡਾ ਟਾਕ ਸ਼ੋਅ ਚੱਲਦਾ ਇਸੇ ਲਈ ਤਾਂ ਦੁਨੀਆਂ ਦੇ ਵਿੱਚੋਂ ਲਾਈਨਾਂ ਖੋਲੀਆਂ ਹੁੰਦੀਆਂ ਨਾ ਸੋ ਸਾਨੂੰ ਨੀ ਨਾ ਪਤਾ ਵੀ ਕਿਹੜੇ ਡਰਾਈਵਰ ਨੇ ਕਿੱਧਰੋਂ ਲਿਆ ਕੇ ਕੀ ਮਾਰਨਾ ਇਹ ਤਾਂ ਥੋੜੀ ਜਿਹੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਨਾ ਜਾਂ ਫਿਰ ਇਹ ਕਹਿ ਸਕਦੇ ਵੀ ਇਹਨਾਂ ਦੇ ਭਾਈ ਪਰਿਵਾਰਾਂ ਦੇ ਵਿੱਚ ਇਹਨਾਂ ਦਾ ਇਹੋ ਜਿਹਾ ਵਿਚਰਨ ਹੋਣਾ ਗਾ ਨਾ ਸਾਨੂੰ ਤੁਹਾਡੇ ਨਾਲ ਸਾਰਿਆਂ ਨੂੰ ਖੁਦ ਬੁਰਾ ਲੱਗਦਾ ਕਿਉਂਕਿ ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਜਵਾਬ ਦੇ ਆ ਨਾ ਨੈਕਸਟ ਕਾਲ ਪਲੀਜ਼ ਤੁਸੀਂ ਇਹ ਕਹਿਣ ਨਾ ਵੀ ਜੈ 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 ਥੈਂਕ ਯੂ ਸੋ ਮਚ ਜੈ 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 ਵੀ ਨਹੀਂ ਕਰਨਾ ਓਕੇ ਜੀ ਨੈਕਸਟ ਕਾਲ ਪਲੀਜ਼ ਨੰਬਰ 35 ਕਾਲਰ ਹਾਂਜੀ ਭਾਜੀ ਭਾਜੀ ਅੱਜ ਕਾਲਰ ਬਹੁਤ ਗਲਤ ਬੋਲਦੇ ਆ ਥੋੜਾ ਜਿਹਾ ਆਪਣੀ ਜ਼ਬਾਨ ਨੂੰ ਲਗਾ ਕੇ ਲਗਾਮ ਦੇ ਕੇ ਰੱਖਣ ਦੂਸਰਾ ਨੰਬਰ ਭਾਜੀ ਲਾਈਵ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਤੁਹਾਡਾ ਵੀ ਬਸ ਨਹੀਂ ਹੈਗਾ ਕਾਬੂ ਨਹੀਂ ਕਰ ਸਕਦੇ ਤੁਸੀਂ ਜੋ ਮਰਜ਼ੀ ਅਗਲਾ ਲਾਈਵ ਦੇ ਵਿੱਚ ਬੋਲ ਜਾਂਦਾ ਕੁਛ ਨਹੀਂ ਕਰ ਸਕਦੇ ਆਪਾਂ ਜਾਣਕਾਰੀ ਟਵੈਂਟੀ ਰਿਵਰ ਮਾਊਂਟ ਰੋਡ ਦੇ ਉੱਪਰ ਇੱਕ ਐਸਾ ਸਪਾ ਹੈ ਜਿਹਦਾ ਨਾਮ ਹੈ ਅਟਰਨ ਮਿਡ ਸਪਾ ਇਹ ਸੋਮਵਾਰ ਨੂੰ ਬੰਦ ਬਾਕੀ ਦਿਨ ਖੁੱਲਦਾ ਹੈ ਅਤੇ ਝੁਰੜੀਆਂ ਰਿੰਕਲਸ ਸ਼ਾਈਆਂ ਨੇ ਕਾਲਾ ਪਨ ਹੈ ਔਰ ਤੁਸੀਂ ਆਪਣੇ ਚਿਹਰੇ ਤੋਂ ਨਿਖਾਰ ਲੈਣਾ ਚਾਹੁੰਦੇ ਤਾਂ ਪੰਜਾਹ ਡਾਲਰ ਵਿੱਚ ਫੇਸ਼ੀਅਲ ਕਰ ਸਕਦੇ ਹੋ ਸੋ ਅਟਰਨ ਮਿਡ ਸਪਾ ਦਾ ਟੈਲੀਫੋਨ ਨੰਬਰ ਨੋਟ ਕਰ 9054 5599 4558888 ਕਾਲ ਕਰ ਸਕਦੇ ਹੋ ਨੰਬਰ ਥ੍ਰੀ ਕਾਲਰ ਤੁਸੀਂ ਲਾਈਨ ਤੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਆਪ ਜੀ ਦੇਖੋ ਇਹਨਾਂ ਨੂੰ ਨਾ ਨੀਂਦ ਨੀ ਆਉਂਦੀ ਜਦੋਂ ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਸਿੱਧੂ ਵੀਰ ਤੁਹਾਡੇ ਨਾਲ ਹੈ ਇਹ ਕਰ ਨਹੀਂ ਸਕਦੇ ਜਿਹੜਾ ਕੁਝ ਤੁਸੀਂ ਕਰਦੇ ਹੋ ਫਿਰ ਇਹਨਾਂ ਨੂੰ ਨਾ ਜੈਲਸ ਹੋ ਜਾਂਦੀ ਹੈ ਇਸ ਕਰਕੇ ਇਹੋ ਜਿਹੀਆਂ ਗੱਲਾਂ ਬੋਲਦੇ ਹੈ ਇਹਨਾਂ ਨੂੰ ਪੁੱਛਣਾ ਹੋਵੇ ਤੁਹਾਡੇ ਘਰੇ ਹੈ ਨੀ ਕੋਈ ਫੈਮਿਲੀ ਜੀ ਨੂੰ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਇੰਨਾ ਵਧੀਆ ਕੰਮ ਕਰਦੇ ਕਰਦੇ ਰਹੋ ਅਸੀਂ ਤੁਹਾਨੂੰ ਆਲ ਵਜਲਾਬ ਕਰਦੇ ਸਪੋਰਟ ਕਰਦੇ ਵੀ ਜੀ ਕੋਈ ਜੋ ਮਰਜ਼ੀ ਬੋਲੀ ਜਾਵੇ ਹੁਣ ਤੁਹਾਨੂੰ ਕਿਹੜਾ ਪਤਾ ਕੀ ਨਹੀਂ ਮੂਹਰੇ ਕੀ ਬੋਲਣਾ ਥੈਂਕ ਯੂ ਸੋ ਮਚ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਘਰ ਦੇ ਆਲੇ ਦੁਆਲੇ ਕੋਈ ਵੀ ਕੰਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਕੰਕਰੀਟ ਦਾ ਵਧੀਆ ਕੰਮ ਕਰਾਉਣੇ ਅੱਜ ਐਸਟੀਮੇਟ ਤੁਹਾਨੂੰ ਦੇਣਗੇ ਔਰ ਕੱਲ ਨੂੰ ਕੰਮ ਸ਼ੁਰੂ ਕਰ ਦੇਣਗੇ ਅਤੇ ਕੁਝ ਹੀ ਦਿਨਾਂ ਵਿੱਚ ਤੁਹਾਡਾ ਘਰ ਦਾ ਕੰਮ ਕੰਪਲੀਟ ਕਰਨਗੇ ਇਹਨਾਂ ਕੁ ਛੋਟੀਆਂ ਵੱਡੀਆਂ ਮਿੱਟੀ ਪੱਟਣ ਵਾਲੀਆਂ ਮਸ਼ੀਨਾਂ ਨੇ ਮੈਨੂਅਲ ਨਹੀਂ ਹੈ ਇਹ ਮਸ਼ੀਨਾਂ ਰਾਹੀਂ ਕੰਮ ਕਰਦੇ ਨੇ ਪ੍ਰੋਪਰ ਸੋ ਪਿਛਲੇ ਤਕਰੀਬਨ 12 ਸਾਲਾਂ ਤੋਂ ਇਹ ਕੰਕਰੀਟ ਦੇ ਡਰਾਈਵਵੇ ਤਿਆਰ ਕਰਦੇ ਨੇ ਪੈਟੀਓ ਬਣਾਉਂਦੇ ਨੇ ਅਤੇ ਸਾਈਡ ਵਾਕ ਤੇ ਕੰਕਰੀਟ ਪਾਉਂਦੇ ਨੇ ਅਤੇ ਫੁੱਲਾਂ ਵਾਲੇ ਅਤੇ ਤੁਹਾਡੇ ਰੰਗ ਦੇ ਮੁਤਾਬਕ ਇਹ ਕੰਕਰੀਟ ਦਾ ਡਰਾਈਵਵੇ ਤਿਆਰ ਕਰਦੇ ਨੇ ਸੋ ਇਹ ਮੋਗਾ ਡਿਜ਼ਾਈਨ ਬੈਲਟ ਵਾਲੇ ਨੇ ਸੋਨੂ ਨਾਮ ਹੈ ਸੋਨੂ ਨੰਬਰ ਹੈ 6472724050 ਤੇ ਕਾਲ ਕਰੋ ਅਤੇ ਆਪਣਾ ਘਰ ਦਾ ਡਰਾਈਵਵੇ ਤੁਸੀਂ 2 ਨਹੀਂ ਬਲਕਿ 3 ਦੇ 4 ਦਿਨ ਦੇ ਵਿੱਚ ਵੱਡੇ ਤੋਂ ਵੱਡਾ ਘਰ ਦਾ ਡਰਾਈਵਵੇ ਬਣਾ ਸਕਦੇ ਹੋ ਪੈਟੀਓ ਬਣਾ ਸਕਦੇ ਹੋ ਸਾਈਡ ਵਾਕ ਤੇ ਕੰਕਰੀਟ ਪਾ ਸਕਦੇ ਹੋ ਸੋ ਕਾਲ ਕਰੋ ਇਹ ਮੋਗੇ ਤੋਂ ਨੇ ਸੋਨੂ ਜੀ 6472734050 ਅੱਜ ਇਹਨਾਂ ਦਾ ਜਨਮਦਿਨ ਹੈ ਜਿਹੜੇ ਲੋਕ ਕਹਿੰਦੇ ਸਾਨੂੰ ਪਹਿਲੇ 5 ਕਾਲ ਕਰਨਗੇ ਅਸੀਂ ਉਹਨਾਂ ਨੂੰ ਲਗਭਗ ਕੋਸਟ ਤੇ ਘਰ ਦਾ ਡਰਾਈਵ ਬਣਾ ਦੇਵਾਂਗੇ ਸਿਰਫ ਅੱਜ ਵਾਸਤੇ 6472734050 ਸੋਨੂ ਨੂੰ ਕਾਲ ਕਰੋ ਡਰਾਈਵ ਬਣਾਓ ਹਾਂਜੀ ਨੰਬਰ 1 ਕਾਲਰ ਪਲੀਜ਼ ਹਾਂਜੀ ਮਿਸਟਰ ਬਾਸੀ ਮੈਂ ਇਹ ਪੁੱਛਣਾ ਜੀ ਆਪਣਾ ਇੱਕ ਜਿਹੜਾ ਚੱਲ ਰਿਹਾ ਬਾਈ ਆਇਆ ਇਹ ਇਹਨਾਂ ਦੀ ਵਾਈਫ ਛੱਡ ਗਈ ਹੈ ਕਿਵੇਂ ਆਪਣਾ ਵੀ ਇੱਥੇ ਮੁੱਕਰ ਗਈ ਬਾਹਰ ਆ ਕੇ
ਇਹਨਾਂ ਬਾਈ ਮੁੱਕਰ ਵੀ ਗਈ ਤਾਂ ਨਹੀਂ ਵੀ ਮੁੱਕਰੀ ਜਦੋਂ ਦੇ ਪਰਚਾ ਪੈ ਗਿਆ ਹੁਣ ਦੁਬਾਰਾ ਟੈਕਸ ਕਰਨ ਲੱਗ ਪਈ ਮਤਲਬ ਐਦਾਂ ਗੱਲ ਹੈ ਜੀ ਹਨਾ ਜੀ ਇਹ ਸਾਰਾ ਪੰਗਾ ਆਈਲੈਟਸ ਦਾ ਹੀ ਆਪਣੇ ਜਿਹੜੇ ਮੁੰਡੇ ਆ ਇਹਨਾਂ ਤੋਂ ਆਈਲੈਟਸ ਹੁੰਦੀ ਨਹੀਂ ਹੈਗੀ ਤੇ ਕੁੜੀਆਂ ਕਰ ਲੈਂਦੀਆਂ ਨੇ ਤੇ ਸਾਰਾ ਪੰਗਾ ਆਈਲੈਟਸ ਦਾ ਹੀ ਆ ਮੇਰੇ ਹਿਸਾਬ ਨਾਲ ਬੀਨੂ ਢਿੱਲੋਂ ਵਰਗੇ ਨੂੰ ਫਿਲਮ ਬਣਾਉਣੀ ਚਾਹੀਦੀ ਹੈ ਵੀ ਨਹੀਂ ਨਹੀਂ ਭਾਜੀ ਮੇਰੇ ਮਤਲਬ ਕਿ ਮਾਰਕਸ਼ੀਟ ਸਾਰੀਆਂ ਮੇਰੇ ਕੋਲ ਨੇ ਜੀ ਇੱਦਾਂ ਦੀ ਕੋਈ ਦਿੱਕਤ ਨਹੀਂ ਸੀਗੀ ਕਿ ਆਈਲੈਟਸ ਨਹੀਂ ਸੀ ਹੋਣੀ ਇੰਟਰਪਟ ਨਾ ਕਰੋ ਇੰਟਰਪਟ ਨਾ ਕਰੋ ਪਾਤੀ ਸਾਹਿਬ ਤੁਹਾਡੇ ਕੋਲ ਸਟੋਰੀਆਂ ਬਹੁਤ ਪਈਆਂ ਨੇ ਇੱਕ ਅੱਧੀ ਸਟੋਰੀ ਬੀਨੂ ਢਿੱਲੋਂ ਨੂੰ ਦਓ ਤੇ ਉਹ ਫਿਲਮ ਬਣਾਉਣ ਪਵਾੜਾ ਆਈਲੈਟਸ ਦਾ ਬਾਕੀ ਪਾਤੀ ਸਾਹਿਬ ਇੱਕ ਗੱਲ ਹੋਰ ਆ ਜੀ ਇੱਕ ਗੱਲ ਹੋਰ ਆ ਕੁੜੀਆਂ ਮੁੰਡੇ ਦੋਨੇ ਗਲਤ ਨੇ ਜੀ ਦੋਨੇ ਇੱਕ ਦੂਜੇ ਦਾ ਫਾਇਦਾ ਚੱਕਦੇ ਆ ਕੁੜੀ ਵਾਲੇ ਚੱਕਦੇ ਆ ਫਾਇਦਾ ਆਈਲੈਟਸ ਕਰਕੇ ਮੁੰਡੇ ਦਾ ਮੁੰਡਾ ਚੱਕਦਾ ਪੈਸੇ ਲਾ ਕੇ ਕੁੜੀ ਦਾ ਫਾਇਦਾ ਤਾਂ ਦੋਨੇ ਗਲਤ ਨੇ ਜੀ ਧੰਨਵਾਦ ਥੈਂਕ ਯੂ ਮਿਹਰਬਾਨੀ ਜੀ ਬੜੇ ਅੱਛੇ ਕਾਲਰ ਸੀ ਨੈਕਸਟ ਕਾਲ ਰਣਜੋਤ ਜੀ ਲਾਈਨ ਤੇ ਤੁਸੀਂ ਨੰਬਰ 2 ਕਾਲਰ ਸਿਰ ਸਾਹਿਬ ਨੰਬਰ 2 ਕਾਲਰ ਪਲੀਜ਼ ਲਾਈਨ ਤੇ ਰਣਜੋਤ ਰਣਜੋਤ ਤੁਸੀਂ ਲਾਈਨ ਤੇ ਆਪ ਜੀ ਰਣਜੋਤ ਜੀ ਲਾਈਨ ਤੇ ਹੋ ਨੰਬਰ 3 ਕਾਲਰ ਲਾਈਨ ਤੇ ਹੋ ਤੁਸੀਂ ਹੈਲੋ ਜੀ ਲਾਈਨ ਤੇ ਸਰ ਹਾਂਜੀ ਬਾਸੀ ਸਾਹਿਬ ਜਿਹੜਾ ਕਾਲਰ ਆਇਆ ਸੀਗਾ ਇਹਨੂੰ ਲਾਹਣਤ ਪਾਉਣੀ ਸੀ ਬੋਲੋ ਬੋਲੋ ਇਹਨੂੰ ਕਹਿਣਾ ਸੀ ਵੀ ਘਰੇ ਆ ਕੇ ਤੂੰ ਭਾਈ ਆਪਣੀ ਮਾਂ ਦੀ ਪਹਿਲਾਂ ਸ਼ਕਲ ਦੇਖੀ ਇਹਨੂੰ ਸ਼ਰਮ ਆਵੇ ਮਾੜੀ ਮੋਟੀ ਤੈਨੂੰ ਜਮੀ ਸ਼ਰਮ ਨਹੀਂ ਕਰਦੇ ਜੀ ਇਹ ਕੀ ਕੋਈ ਬੋਲਣ ਲੱਗੇ ਦੇਖਦੀ ਹੈ ਨਹੀਂ ਹੈ ਜੀ ਅਸੀਂ ਮਾਤਾ ਕਰੋ ਜੀ ਅੱਗੇ ਤੋਂ ਇਹਨਾਂ ਦੀ ਕਾਲ ਨਾ ਲਾਇਆ ਕਰੋ ਮਾੜੀ ਮੋਟੀ ਸ਼ਰਮ ਚਾਹੀਦੀ ਜੀ ਇਹਨਾਂ ਨੂੰ ਦੱਸੋ ਚਾਰ ਸੋ ਛੇ ਤੁਸੀਂ ਡਿਸਕੰਟੀਨਿਊ ਨਾ ਕਰੋ ਪਲੀਜ਼ ਕਾਇੰਡਲੀ ਲੀਵ ਜੀ ਨਾਲੇ ਵਿਹਲੇ ਹੀ ਹੁੰਦੇ ਆ ਕਹੇ ਆਪਦੀ ਮੰਮੀ ਦਾ ਭੈਣ ਦਾ ਨੰਬਰ ਦੇ ਦੇ ਗਾ ਇੱਥੇ ਫਲੈਸ਼ ਕਰ ਦੇ ਤੈਨੂੰ ਬਾਹਲੀ ਇਹਨੂੰ ਅੱਗ ਲੱਗੀ ਆ 400 ਛੇ ਲੋ ਆਪਾਂ ਬੰਨਵੇਂ 45 ਤੇ ਕਾਲ
फलाने बंदे लैके आऊ असीं शो ते आवांगे साडे नाल गल करो मैं उहनूं भी लैके आऊ उहदे आप दे विचार नहीं हैगे उह किसे दी जो चक च आ जांदा ना बंदा उदों थोड़ा जिहा ज्यादा ही गलत बोल जांदा गा सो आपां किसे दे चलो ना तां की लैणे कि किहनां दी मतलब कि गल कर रहा सी उह पर चंगा नहीं लगता कोई गाल वगैरह करनी हजे भी किसी के भी बलबला कोई भी होंगे ना कोई विचार तुम्हें लगता कि असी कुछ गलत बोल गए रेडियो से तुम चाहते इन्हों एडवाइज करिए ना तुम सूँ ईमेल करो ऑफियर सूँ कॉल कर लो ये चंगा नहीं ना लगता मतलब क्योंकि तुम सा परिवार हो तुम कल आपके परिवार च बैठे हो तो असी थोड़ू फोन लाइए तो असी माँ भैन एक कर दिए थोड़ी चंगा लगू तो सो साडे स्रोते साडा परिवार आ है ना असी परिवार च बैठे आप च गल्लां कर रहे हैं ना ते ए सानू तुसी गालां कढ रहे हो वधिया नहीं लगदी गल यार वधिया नहीं लगदा ओही गल सुनदे भी हो सानू है ना नाले माड़ा भी सानू ही आखदे हो आपदा टाइम भी कढदे हो हर एक कॉलर एवरेज मैनूं लगदा भी 10 तों 15 मिनट लाइन ते वेट करदा फिर जे असी इन्ने माड़े आ तुसी ना सुनो जी नंबर 3 कॉल प्लीज की गल जी तुसी लाइन ते हो जी बस नरक यात्रा कर पेपर आने के गलत पल रही एक दो वीजे नहीं मिलते दो चार साल लंघ जाते बाहर इस तरह कर दिया बस में जितना कदर कह के गया भी तुम आ भी पेपर अपलाई करो पेपर सानू भेजो अभी अपने लायर से थ्रू पेपर अपलाई कर अपने ए देखो जी ए जेड़े लोग इदा गाला करते गाला कड़ते हैं जानू थ्रेट करते हैं यह एक किस्म के फेक बंदे से अनएजुकेटेड परसन है जी इन्हों कोई नहीं पता इस चीज बारे भी ये फैमिली शो आ इतने सारे की हेल्प की जाती है तदे शो इना यह कामयाब है तो वर्ल्ड के बच्चे सारे लोग देखते हैं इदा दे बंद नंबर जरूर दया करो जी तो लोगों को क्या करो इन्हों फोन करके गाला क्ढन जरा करके शर्म आवे इन्हों जिना जिना इन्हों फ्रेंड आ सारे सर्कल के नंबर जरूर पूरी जी घुमाया करो असं नंबर देते ना लिखा अज के महामूर्ख का नंबर है जो सू थ्रेट कर 406-894-9942 है
ਇਹ ਸਾਨੂੰ ਜਾਨੋ ਮਾਰਨ ਦੀ ਧਮਕੀਆਂ ਦੇ ਰਿਹਾ ਔਰ ਵੱਧ ਤੋਂ ਵੱਧ ਲੋਕ ਇਹਨੂੰ ਕਾਲ ਕਰਨ ਪੁੱਛਣ ਕੌਣ ਆ ਇਹ ਨਾਂ ਕੀ ਇਹ ਹੈ ਸਾਨੂੰ ਐਡਰੈਸ ਦੱਸੋ ਤਾਂ ਕਿ ਅਸੀਂ ਪੁਲਿਸ ਨੂੰ ਦੇ ਸਕੀਏ ਇਹ ਮੈਟਰ ਬੜਾ ਐਮਰਜੈਂਸੀ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਜੇ ਤੁਸੀਂ ਛੋਟੇ ਪਿਆਰ ਕਰਦੇ ਹੋ ਸਾਨੂੰ ਕਾਲ ਕਰੋ ਫਿਜ਼ੀਕਲ ਥ੍ਰੈਟ ਆ ਜੀ ਸੋ ਦੱਸੀਏ ਕਿ ਤੁਸੀਂ ਅਸੀਂ ਨੰਬਰ 1 ਕਾਲਰ ਰੰਜੋ ਜੀ ਲਾਈਨ ਤੇ ਤੁਸੀਂ ਹਾਂਜੀ ਬਾਕੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ ਤੁਸੀਂ ਮੇਰੇ ਫਰੈਂਡ ਦੀ ਬਹੁਤ ਹੈਲਪ ਕੀਤੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਬਾਕੀ ਜੀ ਜਿਹੜਾ ਇਹ ਆਪਣੇ ਆਈਲੈਟਸ ਵਾਲੀਆਂ ਸਟੋਰੀਆਂ ਹੁੰਦੀਆਂ ਨਾ ਇਹ ਡੀਲਾਂ ਹੋ ਰਹੀਆਂ ਨੇ ਜੀ ਡੀਲ ਵੱਧ ਵੀ ਹੁੰਦਾ ਘੱਟਾ ਵੀ ਹੁੰਦਾ ਜੀ ਤੇ ਤੀਜੀ ਗੱਲ ਬਾਕੀ ਸਾਹਿਬ ਜਿਹੜਾ ਕੱਲ ਤੁਹਾਨੂੰ ਮੰਦੇ ਸ਼ਬਦ ਬੋਲ ਕੇ ਆ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਵੀ ਇੱਕ ਦਿਨ ਤਾਂ ਆਪਣੀ ਭੈਣ ਨੂੰ ਘਰ ਰੱਖ ਲੈਂਦਾ ਬਾਅਦ ਚ ਦੇ ਜਾਂਦਾ ਥੈਂਕ ਯੂ ਜੀ ਨੈਕਸਟ ਕਾਲ ਪਲੀਜ਼ नंबर टू कॉल लाइन थी आप जी हेलो जी कैरी ऑन मैडम बाकी सर मैं अर्शदीप दी सिस्टर बोल दी पई हां केरी सिस्टर बोल रहे तुसी अर्शदीप दी जी अर्शदीप दी सिस्टर आई सी लड़के दी अर्शदीप तुहाडी सिस्टर भी है कोई हां जी सर ऑस्ट्रेलिया रहन वाले सिस्टर मेरे अर्शदीप ऑस्ट्रेलिया ने हां जी मैडम वेलकम की ना तुहाडा बेटा ਬਾਕੀ ਸਾਹਿਬ ਜਿਸ ਦਿਨ ਦਾ ਲੈ ਕੇ ਕੁੜੀ ਉੱਥੇ ਕੈਨੇਡਾ ਗਈ ਆ ਸਾਡੇ ਤੋਂ ਸਿਰਫ ਇੱਕੋ ਚੀਜ਼ ਦੀ ਡਿਮਾਂਡ ਹੋ ਰਹੀ ਆ ਮਤਲਬ ਪੈਸੇ ਦੇ ਦੋ ਫੀਸ ਭਰਨੀ ਆ ਰੈਂਟ ਭਰਨਾ ਆ ਲੇਕਿਨ ਲਿਟਰਲੀ ਇਹਦੀ ਮਦਰ ਨੇ ਸਾਨੂੰ ਇਹ ਗੱਲ ਕਹੀ ਕਿ $1000 ਮਹੀਨੇ ਦਾ ਭੇਜੋਗੇ ਤਾਂ ਅਸੀਂ ਤੁਹਾਨੂੰ ਡਾਕੂਮੈਂਟ ਇੱਕ ਇੱਕ ਕਰਕੇ ਡਾਕੂਮੈਂਟ ਭੇਜਾਂਗੇ ਠੀਕ ਆ ਮੈਨੂੰ ਨੀ ਪਤਾ ਲੋਕ ਕੀ ਕਹਿਣਗੇ ਡੀਲ ਆ ਦਿਸਿਆ ਜੈਟ ਆ ਪਰ ਅਸੀਂ ਵਿਆਹ ਸਾਡਾ ਜੈਨੂਅਨ ਸੀਗਾ ਸਾਡੇ ਕੋਲੇ 10 ਮਹੀਨੇ ਰਹਿ ਕੇ ਗਈ ਆ ਸਭ ਕੁਝ ਸਹੀ ਸੀਗਾ ਆਈ ਡੋਨਟ ਨੋ ਉੱਥੇ ਜਾਂਦੀ ਇਹਨੂੰ ਇਹਦੀ ਭੈਣ ਨੇ ਇਨਫਲੂਐਂਸ ਕੀਤਾ ਆ ਜਾਂ ਇਹਦੇ ਦਿਮਾਗ ਤੇ ਪੈਸਾ ਚੜ ਗਿਆ ਆ ਮੈਨੂੰ ਨਹੀਂ ਪਤਾ ਸਾਨੂੰ ਕੁਝ ਵੀ ਲਾਈਕ ਲਿਟਰਲੀ ਇਸ ਕੁੜੀ ਇਹਦੀ ਮਦਰ ਨਾਲ ਮੈਂ ਇੱਕ ਦਿਨ ਗੱਲ ਕੀਤੀ ਆ ਮੈਂ ਰਿਕੁਐਸਟ ਕੀਤੀ ਮੈਂ ਕਿਹਾ ਮਾਸੀ ਜੀ ਸਾਨੂੰ ਨੰਬਰ ਤਾਂ ਦੇ ਦਿਓ ਉਹਦਾ ਸਾਡੇ ਕੋਲੇ 1.5 ਸਾਲ ਤੋਂ ਕੁੜੀ ਦਾ ਜਿੱਦਾਂ ਦੀ ਕੈਨੇਡਾ ਗਈ ਆ ਸਾਡੇ ਕੋਲ ਕੈਨੇਡਾ ਦੀ ਨੰਬਰ ਤੱਕ ਨਹੀਂ ਸੀਗਾ ਜੀ ਆਈ ਸੀ ਸੋ ਮੇਰੇ ਕੋਲ ਭਾਵੇਂ ਕਿ ਇਹ ਤੁਹਾਨੂੰ ਬਲੈਕਮੇਲ ਕਰ ਰਹੇ ਨੇ ਬਲੈਕਮੇਲ ਕਹਿ ਦੋ ਜੀ ਆ ਸਾਨੂੰ ਸਿੱਧਾ ਸਿੱਧਾ ਕਿਹਾ ਜਾ ਰਿਹਾ ਕਿ ਡਾਕੂਮੈਂਟ ਜੇ ਪੈਸੇ ਦਵੋਗੇ ਤੇ ਡਾਕੂਮੈਂਟ ਦਿੱਤੇ ਜਾਣਗੇ ਨਹੀਂ ਇੰਨੀ ਐਰੋਗੈਂਟ ਹੈ ਮੈਂ ਗੱਲਬਾਤ ਕੀਤੀ ਕਹਿੰਦੀ ਕਿ ਮੈਂ ਮੰਮੀ ਡੈਡੀ ਨਾਲ ਗੱਲ ਕਰ ਲਵਾਂ ਵਿਆਹ ਤਾਂ ਸਿਮਰਨ ਨੇ ਕੀਤਾ ਖੈਰ ਐਨੀਵੇ ਨਾਊ ਸ਼ੀ ਗੋਇੰ ਟੂ ਪੇ ਦੀ ਪ੍ਰਾਈਸ ਫਸਟ ਆਫ ਆਲ ਕਿ ਕੈਨੇਡਾ ਦੇ ਵਿੱਚ ਇਹ ਝੂਠ ਬੋਲ ਕੇ ਆਈ ਹੈ ਇਹ ਦੱਸਿਆ ਨਹੀਂ ਕਿ ਮੈਂ ਮੈਰਿਡ ਇੱਕ ਫਰਾਡ ਹੈ ਇਨਵੀਕੇਸ਼ਨ ਬਣਨੀ ਦੂਜਾ ਇਹਨੂੰ ਪੁਲਿਸ ਕਲੀਅਰ ਸਰਟੀਫਿਕੇਟ ਬਿਲਕੁਲ ਇਸ਼ੂ ਹੋਵੇਗਾ ਕਿਉਂਕਿ ਇਹ ਆਲਰੇਡੀ ਚਾਰਜ ਹੋ ਚੁੱਕੀ ਆ ਇਹਦੇ ਉੱਪਰ ਚਾਰਜਸ਼ੀਟ ਲੱਗ ਚੁੱਕੀ ਆ ਭਗੌੜਾ ਕਰਾਰ ਹੈ ਜਦੋਂ ਵੀ ਕਿਸੇ ਏਅਰਪੋਰਟ ਤੇ ਪਹੁੰਚੂਗੀ ਤਾਂ ਅਰੈਸਟ ਹੋਊਗੀ ਇਹ ਜੇਲ੍ਹ ਜਾਊਗੀ ਹੋ ਸਕਦੀ ਹਾਰ ਜੇਲ੍ਹ ਵਿੱਚ ਇਹਨੂੰ ਬੰਦ ਹੋਣਾ ਪਵੇ ਬਾਕੀ ਸਭ ਪੈਸਿਆਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ ਮਤਲਬ ਚਾਹੇ ਮੈਂ ਫੋਨ ਕਰ ਲਵਾਂ ਚਾਹੇ ਮੇਰੇ ਮਦਰ ਕਰ ਲੈਣ ਮੇਰੇ ਡੈਡ ਕਰ ਲੈਣ ਕੋਈ ਵੀ ਕਰ ਲਵੇ ਸਿੱਧਾ ਸਿੱਧਾ ਇੱਕ ਗੱਲ ਕਹਿੰਦੇ ਨੇ ਸਾਨੂੰ ਪੈਸੇ ਦੇ ਦਿਓ ਅਸੀਂ ਫੀਸ ਭਰਨੀ ਆ ਅਸੀਂ ਕੁੜੀ ਦਾ ਰੈਂਟ ਭਰਨਾ ਆ ਠੀਕ ਆ ਤੁਹਾਡਾ ਨਾਮ ਕੀ ਬੇਟਾ ਬੇਟਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਅੰਤਰਪ੍ਰੀਤ ਅੰਤਰਪ੍ਰੀਤ ਤੁਸੀਂ ਵੀ ਇੱਕ ਸ਼ਾਦੀਸ਼ੁਦਾ ਆਪ ਜੀ ਹਾਂਜੀ ਤੁਸੀਂ ਵੀ ਕਿਸੇ ਦੀ ਧੀ ਸੀ ਤੇ ਕਿਸੇ ਦੀ ਨੋ ਔਰ ਤੁਸੀਂ ਵੀ ਇੱਕ ਬੜੇ ਚੰਗੇ ਗੱਲਾਂ ਦੇ ਨਾਲ ਸੰਬੋਧਨ ਕੀਤਾ ਆ ਔਰ ਸ਼ਰਮ ਚਾਹੀਦੀ ਇਹੋ ਜਿਹੀਆਂ ਲੜਕੀਆਂ ਨੂੰ ਤਾਂ ਲੜਕੀ ਦੀ ਮਾਂ ਨੂੰ ਜੋ ਇਹਨਾਂ ਹਾਲਾਤਾਂ ਵਿੱਚ ਹੀ ਆਪਣੀ ਲੜਕੀ ਦਾ ਘਰ ਜਿਹੜਾ ਆ ਬਸਰਾ ਬਸਾਉਣ ਦੀ ਬਜਾਏ ਜਿਹੜਾ ਉਹ ਤਬਾਹ ਕਰ ਰਹੀ ਹੈ ਇਹਦੀ ਕਲੈਣੀ ਦਾ ਇਹਦੀ ਕਲੈਣੀ ਦਾ ਨਾਂ ਕੀ ਆ ਇਸ ਕਲੈਣੀ ਦੀ ਮਾਂ ਦਾ ਨਾਂ ਕੀ ਆ ਮੈਨੂੰ ਨਹੀਂ ਪਤਾ ਰਾਜਵੀਰ ਕੌਰ ਹਾਂਜੀ ਰਾਜਵੀਰ ਕੌਰ ਸਰ ਰਾਜਵੀਰ ਕੌਰ ਉਹ ਵੀ ਕਲੈਣੀ ਆ ਬਾਕੀ ਸਾਹਿਬ ਸਾਡਾ ਘਰ ਖਰਾਬ ਕਰਤਾ ਮਦਰ ਮੇਰੀ ਨੂੰ ਪੈਰਾਲਾਈਸਿਸ ਦਾ ਅਟੈਕ ਹੋ ਗਿਆ ਟੈਨਸ਼ਨ ਦੇ ਵਿੱਚ ਠੀਕ ਆ ਪਾਪਾ ਮੇਰੇ ਸਾਰਾ ਦਿਨ ਕੰਮ ਤੇ ਘੁੰਮਦੇ ਨੇ ਭਰਾ ਮੇਰਾ ਡਿਪਰੈਸ਼ਨ ਦੇ ਵਿੱਚ ਆ ਉਹ ਹੌਲੀ ਹੌਲੀ ਬੋਲਦਾ ਪਿਆ ਕਿਉਂਕਿ ਉਹ ਡਿਪਰੈਸ਼ਨ ਚ ਆਈ ਨੋ ਡੋਂਟ ਵਰੀ ਅਸੀਂ ਤੁਹਾਡੀ ਮਦਦ ਕਰਾਂਗੇ ਮਦਦ ਕਰਨ ਵਾਸਤੇ ਲੋਕ ਸਾਡੇ ਰਾਤ ਦੇ ਠੀਕ ਹੈ 2 ਵੱਜਦੇ ਨੇ ਮੈਨੂੰ ਪਤਾ ਮੇਰਾ ਭਰਾ ਇੱਕ ਰਾਤ ਨਹੀਂ ਸੁੱਤਾ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਮੇਰਾ ਭਰਾ ਵੀ ਕਿਤੇ ਕਿਉਂਕਿ ਮੈਂ ਨਹੀਂ ਚਾਹੁੰਦੀ ਮੇਰਾ ਭਰਾ ਕੱਲ ਨੂੰ ਕੋਈ ਐਡਾ ਸਟੈਪ ਚੱਕ ਲਵੇ ਨਹੀਂ ਨਹੀਂ ਤੁਸੀਂ ਉਦਾਸ ਨਹੀਂ ਹੋਣਾ ਬੇਟਾ ਉਦਾਸ ਨਹੀਂ ਹੋਣਾ ਸੀ ਤੁਹਾਡੇ ਨਾਲ ਆ ਬਸ ਮੈਂ ਅਪਡੇਟ ਕਰਦਾ ਕਿ ਮੇਰੀ ਜਦੋਂ ਵੀਰ ਨਾਲ ਗੱਲ ਹੋਈ ਤਾਂ ਇਹਨਾਂ ਨੇ ਮੈਨੂੰ ਲਿਖਿਆ ਸੀ ਕਹਿੰਦਾ ਵੀਰ ਮੈਂ ਬਹੁਤ ਜ਼ਿਆਦਾ ਸਟ੍ਰੈਸ ਜੰਗਦਾ ਪੂਰੀ ਫੈਮਿਲੀ ਅਸੀਂ ਤੇ ਸਾਡੇ ਘਰ ਤਾਂ ਰੋਟੀ ਬਾਨੀ ਵੀ ਬੰਦ ਕਰਾਤੀ ਕਹਿੰਦਾ ਇਹਨਾਂ ਨੇ ਇਹਨਾਂ ਨੂੰ ਕਦੇ ਬੰਦੂਕਾਂ ਦੀ ਇਹਦਾ ਸਾਲਾ ਜਿਹੜਾ ਫੋਟੋ ਭੇਜਦਾ ਕਦੇ ਕਿਵੇਂ ਭੇਜਦਾ ਕੱਲ ਪੈਸਿਆਂ ਦੀ ਨਹੀਂ ਹੁੰਦੀ ਇਕੱਲਾ ਭਰਾ ਆ ਮੇਰਾ ਠੀਕ ਆ ਉਹ ਸਾਰਾ ਦਿਨ ਲਾਈਕ ਇੱਕੋ ਚੀਜ਼ ਸੋਚੀ ਜਾਂਦਾ ਮੇਰਾ ਕੁਝ ਨਹੀਂ ਬਣਿਆ ਚੱਲ ਪੈਸਾ ਗਿਆ ਜੋ ਹੋਣਾ ਸੀ ਸਾਡੀ ਜ਼ਿੰਦਗੀ 'ਚ ਹੋ ਗਿਆ ਪਰ ਸਾਨੂੰ ਅੱਗੋਂ ਵੀ ਤੰਗ ਕੀਤਾ ਜਾਂਦਾ ਕਦੇ ਉਹਦਾ ਭਰਾ ਰਿਵਾਲਵਰਾਂ ਨਾਲ ਫੋਟੋਆਂ ਪਾਉਂਦਾ
ਠੀਕ ਹੈ ਕਹਿੰਦਾ ਮੁੱਛ ਖੜੀ ਆ ਤੁਹਾਡੀ ਤੁਸੀਂ ਸੁਕਰੀਆਂ ਮਾਰ ਦਿਓ ਐਵੇਂ ਦੇ ਸਟੇਟਸ ਪਾ ਕੇ ਮਤਲਬ ਪਰ ਮੈਂ ਤੁਹਾਨੂੰ ਦੋਨਾਂ ਭੈਣ ਭਰਾਵਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਜੀ ਜੇ ਦਿਨ ਢਲਦਾ ਨਾ ਤਾਂ ਅਗਲੇ ਦਿਨ ਫਿਰ ਨਵਾਂ ਸੂਰਜ ਚੜ੍ਹਦਾ ਜ਼ਰੂਰ ਹੁੰਦਾ ਡਿਲੇ ਹੋ ਸਕਦਾ ਧੁੰਦ ਪੈਣ ਲੱਗ ਜੇ ਧੁੰਦ ਪੈਣ ਲੱਗ ਜੇ ਨਾ ਤਾਂ ਐਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੂਰਜ ਚੜ੍ਹਨਾ ਹੀ ਨਹੀਂ ਹੈ ਨਾ ਇਹ ਜ਼ਿੰਦਗੀ ਦੇ ਵਿੱਚ ਥੋੜ੍ਹੇ ਸਮੇਂ ਦੀ ਧੁੰਦ ਹੈ ਔਖਾ ਟਾਈਮ ਹੈ ਤੁਸੀਂ ਦੇਖਿਓ ਇੱਕ ਦਿਨ ਚਮਕੋਗੇ ਤੁਸੀਂ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਅਸੀਂ ਸ਼ੋਅ ਕਰਦੇ ਹਾਂ ਸ਼ਾਇਦ ਤੁਹਾਡੀਆਂ ਇਕੱਲੀਆਂ ਗੱਲਾਂ ਹੀ ਸੁਣਦੇ ਅਸੀਂ ਇੱਦਾਂ ਦਾ ਬਹੁਤ ਕੁਝ ਪਰਸਨਲੀ ਹੰਡਾਇਆ ਅਤੇ ਇੱਕ ਨਵਾਂ ਸੂਰਜ ਜਿੱਦਾਂ ਚੜ੍ਹਿਆ ਤੁਹਾਨੂੰ ਇਹ ਦਿਨ ਯਾਦ ਕਰਕੇ ਤੁਸੀਂ ਨਾ ਖੁਸ਼ ਹੋਇਆ ਕਰਨਾ ਯਾਰ ਵੀ ਲੈ ਉਦੋਂ ਅਸੀਂ ਆਏ ਜੇ ਹੁੰਦੇ ਸੀ ਨਾ ਅਸੀਂ ਐਂ ਸੋਚਿਆ ਹੀ ਨਹੀਂ ਸੀ ਕਦੇ ਇਹ ਹਰ ਗੇਮ ਨਾ ਬਦਲਦੀ ਹੁੰਦੀ ਹੈਗੀ ਜੇ ਏ ਸਾਈਡ ਆ ਉਹਦੀ ਬੀ ਸਾਈਡ ਵੀ ਆਊਗੀ ਇਹ ਥੋੜ੍ਹੇ ਸਮੇਂ ਦੀ ਧੁੰਦ ਆ ਇਹ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਚਾਨਣ ਹੋਣ ਵਾਲਾ ਗਾ ਸੋ ਡਿਪਰੈਸ ਨਹੀਂ ਹੋਣਾ ਕਦੇ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਠੀਕ ਹੈ ਜਿਹੜੀਆਂ ਇਹਦੇ ਸਟੇਟਸ ਪਾਉਂਦਾ ਆ ਉਹਦੀਆਂ ਫੋਟੋ ਲੈ ਕੇ ਤੁਸੀਂ ਐਸ ਐਸ ਪੀ ਲੋਕਲ ਨੂੰ ਦਿਓ ਕਿ ਇਸ ਨੂੰ ਥ੍ਰੈਟ ਕਰਦਾ ਤੇ ਐਕਸ਼ਨ ਵਿਲ ਬੀ ਟੇਕਨ ਸਰ ਮੈਂ ਸਕਰੀਨਸ਼ਾਟ ਮਤਲਬ ਕੀਤੇ ਸੀਗੇ ਸਰ ਈਮੇਲ ਈਮੇਲ ਨਹੀਂ ਕਰਨੇ ਤੁਸੀਂ ਆਪ ਜਾਣਾ ਪੁਲਿਸ ਸਟੇਸ਼ਨ ਤੁਸੀਂ ਆਪਣੇ ਲੋਕਲ ਐਸ ਐਸ ਪੀ ਨੂੰ ਜਾਣਾ ਮੈਂ ਕਾਲ ਕਰੂੰਗਾ ਠੀਕ ਹੈ ਜੀ ਜੀ ਸਰ ਓਕੇ ਨੈਕਸਟ ਕਾਲ ਪਲੀਜ਼ ਨੰਬਰ 5 ਕਾਲਰ ਤੁਸੀਂ ਲਾਈਨ ਤੇ ਹੋ ਥੈਂਕ ਯੂ ਬਸ ਜੀ ਮੈਂ ਨਾ ਦੋ ਗੱਲਾਂ ਜਿੱਦਾਂ ਮਤਲਬ ਕਿ ਇਹਨਾਂ ਨੂੰ ਪੁੱਛਣੀਆਂ ਚਾਹੁੰਦਾ ਇੱਕ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਵੀ ਏਦਾਂ ਕਰਕੇ ਕੁੜੀਆਂ ਫਰੋਡ ਕਰਦੀਆਂ ਹਨਾ ਤੇ ਦੂਜਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਹੁਣ ਤੁਸੀਂ ਮੰਨ ਲਓ ਵੀ ਇੰਨੇ ਪੈਸੇ ਲਾ ਕੇ ਆ ਗਏ ਆ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ 100% ਤੁਸੀਂ ਇੱਥੇ ਆਣ ਕੇ ਤੁਹਾਨੂੰ ਕੁੜੀ ਸੱਦ ਲੂਗੀ ਓਕੇ ਜੇ ਨਾ ਸੱਦੂਗੀ ਤੁਹਾਡਾ ਰਿਫਿਊਜ਼ ਕਿਸੇ ਤਰ੍ਹਾਂ ਹੋ ਜਾਂਦਾ ਮੈਂ ਨਹੀਂ ਕਹਿੰਦਾ ਵੀ ਮੈਨੂੰ ਮਤਲਬ ਕਿ ਵੀ 100% ਇਹ ਚੀਜ਼ਾਂ ਦਾ ਪਤਾ ਹਨਾ ਇੰਨੇ ਪੈਸੇ ਤੁਸੀਂ ਲਾਉਂਦੇ ਆ ਯਾਰ ਪੰਜਾਬ ਦੇ ਵਿੱਚ ਵੀ ਤਾਂ ਬੰਦਾ ਮਤਲਬ ਕਿ ਹਰ ਇੱਕ ਬੰਦੇ ਨੂੰ ਆਉਣਾ ਆ ਕਿਸੇ ਨਾ ਕਿਸੇ ਕੰਟਰੀ ਦੇ ਵਧੀਆ ਦੇ ਵਿੱਚ ਹਨਾ ਪਰ ਜੇ ਆਪਾਂ ਇੰਨੀ ਡਿਪਰੈਸ਼ਨਾਂ ਲੈ ਕੇ ਮਾਂ ਪੇ ਨੂੰ ਮਤਲਬ ਕਿ ਸਾਰਾ ਟੱਬਰ ਇੱਕ ਫਿਰ ਬਾਸੀ ਸਾਹਿਬ ਸਾਡਾ ਜਿਹੜਾ ਕਲਚਰ ਆ ਏਡਾ ਬੇਕਾਰ ਆ ਜਿਹੜੇ ਲੋਕ ਪਿੰਡਾਂ ਦੇ ਜਾਂ ਆਂਢ ਗੁਆਂਢ ਦੇ ਚਿੱਤਰਾਂ ਬੜੀਆਂ ਕਰਦੇ ਆ ਬੰਦੇ ਨੂੰ ਹਨਾ ਜੀ ਤੇਰੀ ਘਰ ਵਾਲੀ ਨੀ ਉੱਥੇ ਜਾ ਕੇ ਸੱਦਿਆ ਨੀ ਐ ਕਰਦੀ ਹੋਣੀ ਆ ਕਰਦੀ ਹੋਣੀ ਆ ਹਨਾ ਬੰਦਾ ਪੈਸਾ ਚਰ ਲੂਗਾ ਪਰ ਜਿਹੜੀਆਂ ਏਦਾਂ ਦੀਆਂ ਸਾਡਾ ਜਿਹੜਾ ਕਲਚਰ ਆ ਨਾ ਇਹ ਗੰਦਾ ਜੀ ਇਹ ਨੀ ਜੀਣ ਦਿੰਦਾ ਤੁਹਾਨੂੰ ਤੁਹਾਡੀ ਵਾਰੀ ਬਿਲਕੁਲ ਸਹੀ ਗੱਲ ਹੈ ਚੰਗਾ ਇਨਸਾਨ ਉਹ ਹੁੰਦਾ ਜਿਸ ਦੀ ਇਸ ਸੰਸਾਰ ਵਿੱਚ ਮੌਜੂਦ ਅਤੇ ਜਿਉਂਦੇ ਹੋਣ ਦੇ ਕਾਰਨ ਅਸੀਂ ਰੱਬ ਦਾ ਧੰਨਵਾਦ ਜ਼ਰੂਰ ਕਰਦੇ ਹਾਂ ਪਰ ਪ੍ਰੋਬਲਮ ਕੀ ਆ ਕਿ ਸਾਡੇ ਸਮਾਜ ਦੇ ਵਿੱਚ ਪ੍ਰੋਬਲਮ ਇਹ ਆ ਛੋਟੀ ਗੱਲ ਨੂੰ ਵੱਡੀ ਬਣਾਉਂਦੇ ਆ ਔਰ ਸ਼ਰਾਬ ਪੀ ਕੇ ਫਿਰ ਜੇ ਕੋਈ ਵੀਡੀਓ ਵਾਇਰਲ ਹੋਈ ਆ ਤਾਂ ਇਹਨਾਂ ਨੂੰ ਭੇਜਦੇ ਆ ਸੋ ਤੁਸੀਂ ਹੈਰਾਨ ਤਾਂ ਹੋਵੋਗੇ ਕਿ ਸਾਡੇ ਲੋਕ ਜਿਹੜੀ ਗਲਤ ਨੈਗੇਟਿਵਿਟੀ ਆ ਉਹਨੂੰ ਜ਼ਿਆਦਾ ਫੈਲਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਸੋਲਵ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਉਹਨੂੰ ਨਜਿੱਠਦੇ ਨਹੀਂ ਗੇ ਉਹਨੂੰ ਜ਼ਿਆਦਾ ਖਲਾਰਾ ਪਾਉਣਾ ਚਾਹੁੰਦੇ ਆ ਪਸੰਦ ਕਰਦੇ ਪੜ੍ਹੇ ਲਿਖੇ ਲੋਕਾਂ ਨੇ ਵੀ ਇਹ ਸਾਡੀ ਸਮੱਸਿਆ ਆ ਮੈਨੂੰ ਲੱਗਦਾ ਕਿ ਜਿਵੇਂ ਸਾਰਾ ਅਨਪੜ੍ਹ ਟੋਲਾ ਇੱਥੇ ਬ੍ਰਹਮਟਨ 'ਚ ਆਇਆ ਹੋਵੇ ਹਾਂਜੀ ਹੁਣ ਜਿੱਦਾਂ ਲਾ ਲਓ ਤੁਸੀਂ 20-25 ਲੱਖ ਰੁਪਈਆ 30 ਲੱਖ ਰੁਪਈਆ ਉਹ ਕਿਸੇ ਵਜ੍ਹਾ ਕਰਕੇ ਤੁਸੀਂ ਕਹਿ ਦੋਗੇ ਕਿ ਚਲੋ ਛੱਡੋ ਭਰਾ ਹਨਾ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਤਾਨੇ ਮਾਰਦੇ ਆ ਗੱਲ ਤਾਂ ਉਹਨਾਂ ਦੀ ਆ ਨਾ ਉਹ ਨੀ ਤੁਹਾਨੂੰ ਜੀਣ ਦਿੰਦੇ ਇਹ ਸਾਡੇ ਸਮਾਜ ਦੀ ਕਮਜ਼ੋਰੀ ਹੈ ਬਹੁਤ ਵੱਡੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਨਹੀਂ ਨਹੀਂ ਇੱਕ ਮਿੰਟ ਮਾੜਾ ਜਿਹਾ ਜੀ ਯਾਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਯਾਰ ਇੰਨੀਆਂ ਫਰੋਡ ਹੋ ਗਏ ਕੁੜੀਆਂ ਦੇ ਨਾਲ ਤੁਸੀਂ ਮਤਲਬ ਕਿ ਕਿਸੇ ਦੇ ਨਾਲ ਮੇਰੇ ਕੋਲ ਰਹਿ ਕੇ ਗਈ ਹੈ ਕੋਈ ਕਦੇ ਇਦਾਂ ਦੀ ਗੱਲ ਨਹੀਂ ਸੀ ਹੋਈ ਰਿਸ਼ਤੇਦਾਰੀ ਚ ਵੀ 2 ਦਿਨ ਨਹੀਂ ਸੀ ਲਾਉਂਦੀ ਹੈਗੀ ਜੀ ਨਹੀਂ ਅਰਸ਼ਦੀਪ ਅਰਸ਼ਦੀਪ ਦੀ ਗੱਲ ਸੁਣੋ ਤੁਹਾਨੂੰ ਪਤਾ ਸੀ ਕਹਿੰਦੇ ਆ ਮਹੀਨਾ ਰਹਿ ਕੇ ਜਾ ਕੇ ਛੱਡ ਦੇਈ ਸਾਡੇ ਜਿਹੜਾ ਜਿਹੜਾ ਕਲਚਰ ਆ ਨਾ ਉਹਦੀਆਂ ਇੰਨੀਆਂ ਜ਼ਿਆਦੀਆਂ ਸਪੈਸ਼ਲਿਸਟੀਆਂ ਕਹਿੰਦੇ ਮਹੀਨਾ 2 ਮਹੀਨੇ ਮੁੰਡੇ ਨਾਲ ਰਹਿ ਕੇ ਉੱਥੇ ਜਾ ਕੇ ਛੱਡ ਦੇਈ ਥੈਂਕਸ ਕਾਲ ਥੈਂਕ ਯੂ ਜੀ ਓਕੇ ਅਰਸ਼ਦੀਪ ਤੈਨੂੰ ਕਿਵੇਂ ਨਹੀਂ ਪਤਾ ਕਿ ਕਿੰਨੀ ਅਸੀਂ ਵੀਡੀਓ ਵਾਇਰਲ ਕਰਦੇ ਆ ਤੂੰ ਸਾਡਾ ਪ੍ਰੋਮੋ ਪਿਕਚਰ ਵੇਖਿਆ ਪਹਿਲਾਂ ਅੱਜ ਪਹਿਲੀ ਵਾਰੀ ਸਾਡਾ ਪਾਰਟੀ ਜੀ ਸਰ ਬਿਲਕੁਲ ਦੇਖਦੇ ਆ ਜੀ ਹੋਲਡ ਆਨ ਜੇ ਤੁਹਾਨੂੰ ਪਤਾ ਹੈ ਇਸ ਚੀਜ਼ ਦਾ ਕਿ ਕੁੜੀਆਂ ਇਦਾਂ ਕਰਦੀਆਂ ਨੇ ਕੈਨੇਡਾ ਵਿੱਚ ਜਾ ਕੇ ਤੇਰੇ ਨਾਲ ਵੀ ਹੋ ਸਕਦਾ ਹੈ ਤੂੰ ਪ੍ਰੀਕਾਸ਼ਨ ਵੱਧ ਪਹਿਲੇ ਮੈਨੂੰ ਇਹ ਦੱਸ ਤੂੰ ਪੜ੍ਹਿਆ ਲਿਖਿਆ ਤੂੰ ਆਈਲਟ ਕਿਉਂ ਨਹੀਂ ਕੀਤੀ ਤੂੰ ਆਪ ਕਿਉਂ ਨਹੀਂ ਐਕਚੁਅਲੀ ਮੈਂ ਮਤਲਬ ਲਾ ਲਓ ਕਿ ਆਪਣੇ ਘਰਦਿਆਂ ਦੇ ਕਹਿਣੇ ਤੇ ਚੱਲਦਾ ਹੈ ਜੀ ਮੈਂ ਜਿੱਦਾਂ ਮੇਰੇ ਘਰਦਿਆਂ ਨੇ ਕਿਹਾ ਮੈਂ ਉਦਾਂ ਹੀ ਮਤਲਬ ਕੀਤਾ ਜਿਹੜੇ ਪੈਸੇ ਸੀ ਇਹਨੂੰ ਕੁੜੀ ਨੇ ਬਰਬਾਦ ਕੀਤੇ ਆ ਤੇ ਤੂੰ ਆਪਣੇ ਆਪ ਥੋੜੀ ਸਟੱਡੀ ਕਰ ਲੈਂਦਾ ਟਿਊਸ਼ਨ ਰੱਖ ਲੈਂਦਾ ਆਪ ਆਇਲਟ ਕਰ ਲੈਂਦਾ ਤਾਂ ਕੈਨੇਡਾ ਆ ਸਕਦੇ ਸੀ ਤੁਸੀਂ ਮੁੰਡੇ ਕਿਉਂ ਨਹੀਂ ਪੜ੍ਹਦੇ ਤੁਹਾਨੂੰ ਕਿਹੜੀ ਐਸੀ ਬਿਮਾਰੀ ਆ ਜਿਹੜੀ ਕਿ ਤੁਹਾਡੇ ਪੜ੍ਹਾਈ ਦੇ ਵਿੱਚ ਅੜਿੱਕਾ ਡਰ ਹੈ ਕਿਹੜਾ ਐਸਾ ਕੀੜਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆ ਜਿਹੜਾ ਕਿ ਤੁਹਾਨੂੰ ਸਰ ਐਕਚੁਅਲੀ ਮੇਰੀ ਦੇਖੋ ਜੈਨੂਇਨ ਮੈਰਿਜ ਸੀਗੀ ਘਰਦਿਆਂ ਨੂੰ ਫਰਗੈਟ ਤੁਹਾਡੀਆਂ ਨੂੰ ਫਰਗੈਟ ਅਬਾਊਟ ਜੈਨੂਇਨ ਮੈਰਿਜ ਭੁੱਲ ਜਾਓ ਜੈਨੂਇਨ ਮੈਰਿਜ ਕੋਈ ਜੈਨੂਇਨ ਮੈਰਿਜ ਨਹੀਂ ਸੀਗੀ ਇਹ
ਸਿਰਫ ਕੈਨੇਡਾ ਆਉਣ ਦੀ ਖਾਤਰ ਤੁਸੀਂ ਪੈਸੇ ਦੇ ਕੇ ਵਿਆਹ ਕੀਤਾ ਆ, ਫੋਰਗੇਟ ਅਬਾਊਟ ਦੈਟ, ਡੋਂਟ ਮੇਕ ਮਾਈ ਫੂਲ ਸਰ ਮੇਰੇ ਡਿਪਲੋਮਾ ਨੋ ਆਮ ਸੌਰੀ ਮੈਂ ਤੁਹਾਨੂੰ ਦੱਸਦਾ ਡਿਪਲੋਮਾ ਦੇ ਵਿੱਚ 80% ਨੰਬਰ ਨੇ, ਮੇਰੇ ਕੋਲ ਸਾਰੇ ਡਾਕੂਮੈਂਟ ਨੇ ਜੇ ਕੱਕਾ 80% ਨੰਬਰ ਹੈ ਤਾਂ ਤੈਨੂੰ ਫਿਰ ਬਿੱਲੀ ਛੱਗੀ, ਤੂੰ ਆਇਲਟ ਕਰ ਕੀਤੀ ਪ੍ਰੋਬਲਮ ਤੁਹਾਡੀ ਇਹ ਹੈ ਕਿ ਤੁਸੀਂ ਪਾਣ ਦੇ ਯੋਗ ਨਹੀਂ ਹੋ, ਤੁਹਾਨੂੰ ਪ੍ਰੋਬਲਮ ਹੈ, ਤੁਸੀਂ ਝੂਠ ਬੋਲਦੇ ਹੋ। ਤੁਸੀਂ ਮੈਨੂੰ ਆਲਰੇਡੀ ਐਡਵਾਈਟ ਕਰ ਚੁੱਕੇ ਹੋ ਅਰਸ਼ਦੀਪ ਜੀ ਕਿ ਮੈਂ ਕੈਨੇਡਾ ਆਉਣ ਦੀ ਖਾਤਰ ਪੈਸੇ ਦਿੱਤੇ ਆ, ਤੁਸੀਂ ਆਪ ਕਿਉਂ ਨਹੀਂ ਆਲਰਟ ਕਰਦੇ? ਬਸ ਆਇਲਟਸ ਬਾਰੇ ਮੈਂ ਦੱਸ ਦਿੰਦਾ ਮੇਰਾ ਖਾਸਾ ਤਜਰਬਾ ਆਇਲਟਸ ਸੰਬੰਧੀ। ਆਇਲਟਸ ਕੋਈ ਏਡਾ ਸੌਖੀ ਗੱਲ ਨਹੀਂ ਹੈਗੀ ਕਿ ਹਰੇਕ ਦੇ ਵੱਸ ਦੀ ਗੱਲ ਆ ਕਿ ਹਰੇਕ ਹੀ ਕਰ ਸਕੇ, ਹੈ ਨਾ। ਅਤੇ ਦੂਜੀ ਗੱਲ ਰਹਿ ਗਈ ਹੁਣ ਕੀ ਪਤਾ ਲੱਗਦਾ ਜੀ ਕਿਹਨੇ ਕੱਲ੍ਹ ਨੂੰ ਬਦਲ ਜਾਣਾ, ਹੈ ਨਾ। ਹਰ ਬੰਦਾ ਇੱਕ ਪੋਜ਼ਿਟਿਵਿਟੀ ਦੇ ਵਿੱਚ ਹੀ ਪੈਸੇ ਲਾਉਂਦਾ ਗਾ, ਹਰ ਬੰਦਾ ਹੀ ਚਾਹੁੰਦਾ ਹੀਲਾ ਵਸੀਲਾ ਕੋਈ ਬਣ ਜੇ, ਅਤੇ ਉਹਨੂੰ ਲੱਗਦਾ ਹੀਲੇ ਨਾਲ ਹੀ ਵਸੀਲਾ ਵੀ ਘਰ ਵਾਲੀ ਤਾਂ ਪੈਸੇ ਲਾਉਣੇ, ਟਰੱਸਟ ਹੀ ਆ ਬਾਸੀ ਸਾਹਿਬ। ਹੁਣ ਗੁਰੂ ਗ੍ਰੰਥ ਸਾਹਿਬ ਤੋਂ ਥੋੜ੍ਹੀ ਉੱਤੇ ਕੁਛ ਹੁੰਦਾ, ਉਹਨੇ ਲਾਵਾਂ ਲੈਂਦੇ ਲੋਕ ਉੱਥੇ ਜਾ ਕੇ, ਸਾਰੇ ਉਹਦੀ ਰਿਸਪੈਕਟ ਕਰਦੇ, ਕਿਉਂਕਿ ਇਹ ਤਾਂ ਅੱਜ ਤੋਂ ਲੈ ਕੇ ਕੋਈ 100 ਸਾਲ ਪਿੱਛੇ ਚੱਲ ਜੇ ਤਾਂ ਵੀ ਲੋਕ ਬਾਹਰ ਆਉਂਦੇ ਸੀਗੇ, ਲੋਕਲ ਸੀਗੇ ਸਰ ਜੀ। ਕੋਈ ਨਕਲ ਟ੍ਰੇਨ ਲੀਜ਼ਿੰਗ ਕੰਪਨੀ ਟ੍ਰੇਲਰ ਫਲੈਟ ਨੂੰ ਰੀਫਰ ਡਰਾਈਵਰ ਵੇਚ ਦੀ ਘੱਟ ਚੱਲੇ ਵਧੀਆ ਟੱਕ ਲੈਣਾ ਚਾਹੁੰਦੇ ਤਾਂ ਨੰਬਰ ਹੈ 909-242-7272 'ਤੇ ਕਾਲ ਕਰ ਸਕਦੇ ਹੋ। ਅਸੀਂ ਆਪਣੇ ਸੋ ਦੱਸੀਏ, ਅਗਰ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਨਸ਼ਾ ਕਰਦਾ ਹੈ ਔਰ ਨਸ਼ੇ ਤੋਂ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਹਫ਼ਤੇ ਦੀ ਇੱਕ ਗੋਲੀ ਖਾਣੀ ਆ ਤਾਂ ਨਸ਼ਾ ਹਮੇਸ਼ਾ ਛੱਡ ਦਿਓਗੇ। ਇਹ ਗੋਲੀਆਂ ਕਿੱਥੇ ਮੰਗਵਾਉਣੀਆਂ? ਇਹ ਅਮਨ ਨੂੰ ਕਾਲ ਕਰ ਲਓ, ਰਮਨ ਨੂੰ ਕਾਲ ਕਰ ਲਓ, ਤੁਹਾਡੇ ਘਰ ਇਹ ਡਿਲੀਵਰੀ ਕਰ ਦੇਣਗੇ ਕੈਨੇਡਾ 'ਚੋਂ ਜਾਂ ਤੁਸੀਂ ਅਮਰੀਕਾ 'ਚੋਂ। ਇਹ ਤੁਸੀਂ ਬਿਨਾਂ ਕਿਸੇ ਤਕਲੀਫ ਤੋਂ ਡੋਡੇ ਫੀਮ ਜਾਂ ਗੋਲੀਆਂ ਵਗੈਰਾ ਛੱਡ ਸਕਦੇ ਹੋ, ਸ਼ਾਪ ਛੱਡ ਸਕਦੇ ਹੋ। ਚਮਤਕਾਰ ਦੇਖੋ, ਨੰਬਰ ਨੋਟ ਕਰੋ 416-500-22-13 'ਤੇ ਕਾਲ ਕਰੋ, 416-500-2213 'ਤੇ ਕਾਲ ਕਰੋ ਅਤੇ ਨਸ਼ੇ ਤੋਂ ਤੰਗ ਆ ਚੁੱਕੇ ਲੋਕ ਜੇ ਬਿਨਾਂ ਤਕਲੀਫ ਡੋਡੇ ਜਾਂ ਕੋਈ ਨਸ਼ਾ ਸ਼ਰਾਬ ਛੱਡ ਸਕਦੇ ਨੇ 416-500-2213। ਸਿਰ ਸਾਹਿਬ ਖਿਆਲ ਰੱਖਣਾ ਕਿ ਇੱਕ ਅਸੀਂ ਕਮਰਸ਼ਲ ਪਲੇ ਕਰਨਾ ਲਾਈਟਾਂ ਦਾ। ਮੈਂ ਸਿੱਧੂ ਆਈ ਐਮ ਟਾਕਿੰਗ ਟੂ ਯੂ ਕਿ ਅਸੀਂ ਕਮਰਸ਼ਲ ਜਿਹੜਾ ਹੈ ਉਹ ਲੈ ਕੇ ਆਓ ਲਾਈਨ 'ਤੇ। ਹਾਂਜੀ, ਨੈਕਸਟ ਕਾਲ ਪਲੀਜ਼, ਨੰਬਰ 4 ਕਾਲਰ ਪਲੀਜ਼, ਨੰਬਰ 4 ਕਾਲਰ ਲਾਈਨ 'ਤੇ ਹੋ। ਹੈਲੋ ਜੀ ਸਰ, ਮੈਂ ਕੁਛ ਕਹਿਣਾ ਚਾਹੁੰਦਾ ਸੀ ਵੀ ਅੱਜ ਕੱਲ ਲੋਕਾਂ ਨੇ ਵਿਆਹ ਨੂੰ ਇੱਕ ਸਿਰਫ ਡਰਾਮਾ ਬਣਾ ਰੱਖਿਆ ਆ। ਨੈਕਸਟ ਕਾਲ ਪਲੀਜ਼, ਨੰਬਰ 1 ਕਾਲਰ। ਹਾਂਜੀ ਡਾਕਟਰ ਸਤਿ ਸ਼੍ਰੀ ਅਕਾਲ ਜੀ। ਬਾਕੀ ਸਾਹਿਬ ਮੇਰੀ ਰਿਕੁਐਸਟ ਹੈ ਤੁਹਾਨੂੰ ਬਈ, ਤੁਸੀਂ ਜਿਹੜਾ ਡਿਪਰੈਸ ਕਰ ਰਹੇ ਹੋ ਮੁੰਡੇ ਨੂੰ, ਮਤਲਬ ਘੱਟ ਕਰੋ, ਹੈ ਨਾ। ਦੇਖੋ ਕਿੰਨੀ ਵਧੀਆ ਉਹ ਤਰੀਕੇ ਨਾਲ ਤੁਹਾਨੂੰ ਜਵਾਬ ਕਰ ਰਿਹਾ, ਤੇ ਤੁਸੀਂ ਉਹਨੂੰ ਸਵਾਲ ਕਰ ਰਹੇ ਹਾਂ, ਬੜੇ ਵਧੀਆ ਤਰੀਕੇ ਨਾਲ ਜਵਾਬ ਦੇ ਰਿਹਾ। ਡਿਪਰੈਸ਼ਨ ਦੇ ਵਿੱਚ ਆਇਆ ਕਿ ਕੱਲ ਤੁਸੀਂ ਕੇਸ ਲਿਆਏ ਸੀ, ਉਹ ਮੁੰਡਾ ਸੀ, ਦੇਖੋ ਤੁਸੀਂ ਕਿੰਨੀ ਰਿਕੁਐਸਟ ਕੀਤੀ, ਉਹ ਸੁਣਦਾ ਹੀ ਨਹੀਂ ਸੀ ਕਿਸੇ ਦੀ, ਹੈ ਨਾ। ਇਹ ਮੁੰਡਾ ਆ, ਸਾਰੇ ਕੇਸ ਇਸ ਤਰ੍ਹਾਂ ਨਹੀਂ ਹੁੰਦੇ, ਕੁਛ ਕੇਸ ਜੈਨੂਅਨ ਵੀ ਹੁੰਦੇ ਆ, ਠੀਕ ਹੈ ਜੀ। ਉਹ ਜਿਹੜੀ ਕੁੜੀ ਆ, ਹੁਣ ਕੁੜੀ ਦੀ ਭੈਣ ਆ, ਜੋ ਕੁਛ ਕਰ ਰਹੀ ਆ, ਬ੍ਰੈਂਪਟਨ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਬ੍ਰੈਂਪਟਨ ਦੇ ਵਿੱਚ ਰਹਿੰਦੇ ਆ, ਬਈ ਕੀ ਕੁਛ ਬ੍ਰੈਂਪਟਨ ਦੇ ਵਿੱਚ ਹੁੰਦਾ ਆ, ਉਹ ਸਾਰਾ ਕੁਛ ਉਹ ਕੁੜੀ ਦਾ ਮਤਲਬ ਜੋ ਉਹਦੀ ਸਿਸਟਰ ਆ, ਵੀ ਉਹ ਕਿੱਦਾਂ ਨੀ, ਤੁਸੀਂ ਕਿਸੇ ਨਾਲ ਗੱਲ ਨੀ ਕਰਨੀ, ਤੁਸੀਂ ਘਰ ਦਾ ਫੋਨ ਨੰਬਰ ਨਹੀਂ ਦੇਣਾ, ਐਡਰੈਸ ਨਹੀਂ ਦੇਣਾ, ਮੈਂ ਗੱਲ ਕਰੂੰਗੀ। ਇਹ ਉਹ ਚੀਜ਼ ਆ, ਮਤਲਬ ਕਹਿਣ ਦਾ ਮੇਰਾ ਭਾਵ ਆ ਵੀ ਇਹ ਤਾਂ ਹੀ ਸਾਰਾ ਕੁਛ ਵਿਗੜਿਆ ਆ, ਵੀ ਉਹ ਕੁੜੀ ਦਾ ਹੀ ਸਾਰਾ ਕੇਸ ਆ, ਇਹਦੀ ਭੈਣ ਦਾ, ਰੋਕਣਾ ਪਵੇਗਾ ਆਪਾਂ ਨੂੰ। ਨਹੀਂ ਉਹ ਮੰਨਦੇ ਨਾ ਵੀ ਇਹ ਮੁੰਡੇ ਕਿਉਂ ਨੀ ਪੜ੍ਹਦੇ, ਪਰ ਗੱਲ ਇਹ ਆ ਨਾ ਵੀ ਜਿਹੜੀਆਂ ਕੁੜੀਆਂ ਵੀ ਆ, ਵੀ ਹੁਣ ਇਹਨਾਂ ਨੇ ਇਹੀ ਸਿੱਖ ਲਿਆ। ਤੁਸੀਂ ਬਿਲਕੁਲ ਠੀਕ ਹੋ, ਆਪਾਂ ਕਰੀਏ ਕੀ, ਅਸੀਂ ਕਿੱਧਰ ਨੂੰ ਜਾਈਏ, ਕਿੱਥੇ ਜਾ ਕੇ ਬਾਹਰ ਬ੍ਰੈਂਪਟਨ ਜੀ ਰਹਿੰਦੇ ਆ, ਵਾਸੀ ਸਾਹਿਬ 30 ਸਾਲ ਦੇ ਅਸੀਂ ਵੀ ਬ੍ਰੈਂਪਟਨ ਚ ਰਹਿੰਦੇ ਆ, ਮੇਰਾ ਕਹਿਣ ਦਾ ਭਾਵ ਹੈ ਜੋ ਬ੍ਰੈਂਪਟਨ ਚ ਅੱਜ ਹੋ ਰਿਹਾ ਇਹ ਜ਼ਿਆਦਾ ਕਰਕੇ ਜਿਹੜੀਆਂ ਸਟੱਡੀ ਬੇਸ ਕੁੜੀਆਂ ਆਈਆਂ ਆ, ਪਹਿਲਾਂ ਮੈਰਿਜ ਦਾ ਹੁੰਦਾ ਸੀ ਪਰ ਉਹ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਇਹ ਜ਼ਿਆਦਾ ਹੋ ਗਿਆ। ਆਈ ਸੀ, ਮਿਹਰਬਾਨੀ ਕਾਲਰ, ਤੁਸੀਂ ਬੜੇ ਚੁੱਪ ਲਾ ਦਿੱਤੇ ਨੇ। ਔਰ ਨੰਬਰ 4 ਤੇ ਰਾਬੀਆ ਜੀ ਨੇ, ਰਾਬੀਆ ਜੀ ਪਲੀਜ਼ ਪ੍ਰੋਸੀਡ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ, ਅੱਜ ਅਸੀਂ ਫਰੀਡਮ ਮੋਬਾਈਲ ਦੀਆਂ ਬੈਕ ਟੂ ਸਕੂਲ ਵਾਲੀਆਂ ਪ੍ਰੋਮੋਸ਼ਨਸ ਲੈ ਕੇ ਆਏ ਹਾਂ। ਰਾਈਟ ਨਾਓ $40 ਦੀ ਡੀਲ ਦੇ ਵਿੱਚ 20 GB ਡੇਟਾ ਮਿਲ ਰਿਹਾ ਹੈ। ਜੇਕਰ ਤੁਸੀਂ ਜ਼ਿਆਦਾ ਡੇਟਾ ਚਾਹੁੰਦੇ ਹੋ ਤਾਂ $50 ਦੇ ਵਿੱਚ 25 GB ਡੇਟਾ ਪਲਾਨ ਅਵੇਲੇਬਲ ਹੈ। ਕਾਲਰ ਲਾਈਨ ਤੇ ਹੋ, ਸਿਰ ਸਭ ਕੁਝ ਮੇਰੀ ਹੈਲਪ ਕਰੋ। ਹਾਂਜੀ ਬਾਲਜੀ ਸਰ, ਨਮਸਕਾਰ ਜੀ। ਨਮਸਕਾਰ, ਜੈ ਹਿੰਦ ਔਰ ਜੈ ਭਾਰਤ, ਜੈ ਹਿੰਦ। ਹੈਲੋ ਜੀ। ਹੈਲੋ ਜੀ, ਜੀ ਬੋਲੋ ਸਰ। ਸਰ ਬਾਲਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਿਰ ਸਾਹਿਬ ਥੋੜ੍ਹਾ ਜਿਹਾ ਧਿਆਨ ਦਿਓਗੇ ਜੀ ਲਾਈਨ ਤੇ,
ਜੀ ਬੋਲੋ ਸਰ ਤੁਹਾਡੇ ਨਾਲ ਗੱਲ ਕਰ ਰਹੇ ਨੇ ਪੰਜਾਬ ਤੋਂ ਕਾਲ ਨੇ ਜੀ ਬੋਲੋ ਸਰ ਮੈਂ ਪੰਜਾਬ ਤੋਂ ਨਹੀਂ ਜੀ ਮੈਂ ਭੋਪਾਲ ਤੋਂ ਬੋਲ ਰਿਹਾ ਐਮ ਪੀ ਤੋਂ ਮੱਧ ਪ੍ਰਦੇਸ਼ ਤੋਂ ਪ੍ਰੋਗਰਾਮ ਦੇਖਦਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੇਵਾ ਕਰ ਰਹੇ ਹੋ ਕੋਈ ਕਹਿਣ ਨੂੰ ਉਹ ਨੀ ਹੈਗਾ ਦੁਨੀਆਂ ਜੋ ਮਰਜ਼ੀ ਬੋਲੀ ਜਾਵੇ ਗਲਤ ਬੋਲਣ ਗਲਤ ਬੋਲਣਾ ਹੀ ਹੈ ਉਹਨਾਂ ਨੂੰ ਹੋਰ ਕੋਈ ਕੰਮ ਨੀ ਹੁੰਦਾ ਲੇਕਿਨ ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ ਕੋਈ ਡਾਊਟ ਨੀ ਮਿਹਰਬਾਨੀ ਥੈਂਕ ਯੂ ਸਰ ਔਰ ਮੱਧ ਪ੍ਰਦੇਸ਼ ਤੋਂ ਕਾਲ ਆਉਣਾ ਸਾਡੇ ਲਈ ਮਾਣ ਦੀ ਗੱਲ ਹੈ ਅਗਲੀ ਕਾਲ ਸਰ ਪਲੀਜ਼ ਜੀ ਬਾਸੀ ਸਾਹਿਬ ਜੀ ਮੈਂ ਤਾਂ ਕਹਿੰਦਾ ਬਾਸੀ ਸਾਹਿਬ ਜੀ ਇਹਦਾ ਮਸਲਾ ਵੀ ਤੁਸੀਂ ਹੱਲ ਕਰ ਸਕਦੇ ਹੋ ਜੀ ਮੁੰਡਿਆਂ ਦਾ ਜੀ ਤੁਸੀਂ ਅੱਗੇ ਲਾਓ ਜੀ ਸਰਕਾਰ ਨੂੰ ਕਹੋ ਜੀ ਜਿਹੜਾ ਆਈਲੈਂਡਸ ਦਾ ਟੈਸਟ ਹੈ ਜੀ ਸਾਡੇ ਪੰਜਾਬੀ ਮੁੰਡਿਆਂ ਦਾ ਹੈਗਾ ਸੱਤੀ ਦਾ ਅੰਕੜਾ ਜੀ ਅੰਗਰੇਜ਼ੀ ਨਾਲ ਸਾਡੇ ਇਹਨੂੰ ਪੰਜਾਬੀ ਚ ਟੈਸਟ ਹੋ ਜੇ ਜੀ ਆਈਲੈਂਡਸ ਦਾ ਜੀ ਤੇ ਬਾਕੀ ਦਾ ਕਿਉਂਕਿ ਜੀ ਅਸੀਂ ਆ ਕੇ ਤਾਂ ਇੱਥੇ ਦੇਖੋ ਜੀ ਕਹਿੰਦੇ ਜੀ ਤੁਹਾਡੀ ਕਿੰਨੀ ਸੇਵਾ ਕਰਦੇ ਹਾਂ ਜਿਹੜੇ ਜੰਕ ਯਾਰਡ ਤੇ ਟਰੱਕ ਖੜਨ ਵਾਲੇ ਹੁੰਦੇ ਨੇ ਪੰਜ ਪੰਜ ਸੀ ਸੀ ਹਜ਼ਾਰ ਵਾਲੇ ਉਹੀ ਚਲਾਉਣੇ ਨੇ ਜੀ ਤੇ ਜਾ ਜਾ ਸਿੱਖਣੇ ਜੀ ਜਾਂ ਜਾ ਓਕੇ ਓਕੇ ਉਹ ਦੋ ਚਿੰਨ ਚੀਜ਼ਾਂ ਕਹਿ ਵੀ ਸਿਖਾਇਆ ਕਰੋ ਜੀ ਵੀ ਫਿਰ ਸਾਰੇ ਮੁੰਡੇ ਆਪ ਹੀ ਸਿੱਧੇ ਆ ਜਾਣਗੇ ਜੀ ਕੁੜੀਆਂ ਤਾਂ ਲੋੜ ਹੀ ਨੀ ਪੈਣੀ ਜੀ ਥੈਂਕ ਯੂ ਸੋ ਮਚ ਅਗਲੀ ਕਾਲ ਪਲੀਜ਼ ਹੱਲ ਕਰਕੇ ਦਿਓ ਜੀ ਨੈਕਸਟ ਕਾਲ ਪਲੀਜ਼ ਹੈਲੋ ਅੰਮ੍ਰਿਤ ਲਾਈਨ ਤੇ ਆਪ ਜੀ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਡਾ ਪ੍ਰੋਗਰਾਮ ਰੋਜ਼ ਸੁਣੀਦਾ ਜੀ ਤੇ ਮੈਂ ਕਾਲ ਫਸਟ ਟਾਈਮ ਕਰ ਰਿਹਾ ਜੀ ਜੀ ਆਨ ਸਰ ਹਾਂਜੀ ਬਾਸੀ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਜੀ ਚਲੋ ਤੁਸੀਂ ਰੋਜ਼ ਪ੍ਰੋਗਰਾਮ ਲੈ ਕੇ ਆਉਂਦੇ ਹੋ ਜਿਹੜੇ ਲੋਕ ਏਦਾਂ ਕਰਦੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਨ ਹੁੰਦੇ ਆ ਜੀ ਦੂਜੀ ਗੱਲ ਬਾਸੀ ਸਾਹਿਬ ਇਹ ਆ ਜੀ ਆਪਣੇ ਜੋ ਰਿਸ਼ਤੇ ਅੱਜ ਕੱਲ੍ਹ ਕਮਰਸ਼ੀਅਲ ਹੋ ਰਹੇ ਆ ਏਦਾਂ ਹੋ ਰਿਹਾ ਜੀ ਰੋਜ਼ ਪ੍ਰੋਗਰਾਮ ਤੇ ਤੁਹਾਡੇ ਏਦਾਂ ਏਦਾਂ ਹੋਣਾ ਨੀ ਚਾਹੀਦਾ ਜੀ ਤੇ ਤੁਹਾਡਾ ਇਹ ਵੀ ਸੁਜੈਸ਼ਨ ਬਹੁਤ ਵਧੀਆ ਜੀ ਕਿ ਮੁੰਡਿਆਂ ਨੂੰ ਵੀ ਮਿਹਨਤ ਕਰਕੇ ਕਿਤੇ ਨਾ ਕਿਤੇ ਜ਼ੋਰ ਮਾਰ ਕੇ ਬੈਟ ਲੈ ਲੈਣੇ ਚਾਹੀਦੇ ਤਾਂ ਜੋ ਏਦਾਂ ਦੇ ਕਰਾਊਡਾਂ ਤੋਂ ਬਚਿਆ ਜਾ ਸਕੇ ਜੀ ਬੜਾ ਅੱਛਾ ਸੁਜੈਸ਼ਨ ਹੈ ਪ੍ਰੋਬਲਮ ਕੀ ਹੈ ਸਾਡੇ ਬੱਚੇ ਜਿਹੜੇ ਮੁੰਡੇ ਆ ਇਹਨਾਂ ਦੀ ਰੇਸ਼ੋ ਬਹੁਤ ਘੱਟ ਹੈ ਪੜ੍ਹਦੇ ਨੇ ਜੇ ਆਪ ਥੋੜ੍ਹੇ ਜਿਹਾ ਸਟੱਡੀ ਕਰ ਲੈਣ ਟਿਊਸ਼ਨ ਰੱਖ ਕੇ ਪੜ੍ਹ ਲੈਣਾ ਤੈਨੂੰ ਖੱਜਰ ਖਰਾਬ ਹੋਣ ਦੀ ਲੋੜ ਨਹੀਂ ਮਾਂ ਬਾਪ ਦੀ ਕੀਤੀ ਕਮਾਈ ਖੂਹ 'ਚ ਪਾਉਣ ਦੀ ਲੋੜ ਨਹੀਂ ਅਤੇ ਇਹ ਕੋਟਾ ਕਚਹਿਰੀਆਂ ਵਿੱਚ ਜਾਣ ਦੀ ਲੋੜ ਨਹੀਂ ਔਰ ਆਪਣੇ ਦਮ 'ਤੇ ਹੋਣ ਅਤੇ ਜ਼ਿੰਦਗੀ ਦੇ ਵਿੱਚ ਕੁਝ ਸਿੱਖਣਗੇ ਤਾਂ ਕਾਂ ਵੀ ਉਹਨੂੰ ਫਾਇਦਾ ਹੋਊਗਾ ਇਹ ਐਜੂਕੇਸ਼ਨ ਕਿਉਂ ਨਹੀਂ ਲੈ ਰਹੇ ਮੈਂ ਹੈਰਾਨ ਹਾਂ ਇਸ ਚੀਜ਼ ਤੋਂ ਕਿ ਆਪ ਕਿਉਂ ਨਿਆਣੇ ਨੇ ਮੁੰਡੇ ਕਿਉਂ ਨਹੀਂ ਪੜ੍ਹਦੇ ਕੁੜੀਆਂ ਕਿਉਂ ਜ਼ਿਆਦਾ ਪੜ੍ਹਦੀਆਂ ਕਾਰਨ ਕੀ ਹੈ ਵੈਸੇ ਇਹ ਸਕੂਲ ਇੱਕੋ ਹੀ ਹੈ ਸੇਮ ਰੂਮ ਹੈ ਸੇਮ ਟੀਚਰ ਹੈ ਕਿਤਾਬਾਂ ਵੀ ਹੋਈ ਹੈ ਤੇ ਇਹ ਕਿਉਂ ਨਹੀਂ ਪੜ੍ਹਦੇ ਮੁੰਡੇ ਕਿਉਂ ਨਹੀਂ ਪੜ੍ਹਦੇ ਹਾਂਜੀ ਸਰ ਸਹੀ ਗੱਲ ਆਈ ਦੋ ਮੁੰਡੇ ਦਾ ਬ੍ਰੇਨ ਜਿਹੜਾ ਹੈ ਬ੍ਰੇਨਲੈਸ ਨੇ ਆਈ ਡੋਨਟ ਨੋ ਵਾਈਜ਼ ਦੈਟ ਦੋ ਤਿੰਨ ਮਹੀਨੇ ਬਾਸੀ ਸਾਹਿਬ ਕੋਈ ਵੀ ਮਿਹਨਤ ਕਰੇ ਜੀ ਸ਼ੁਰੂ ਤੋਂ ਲੈ ਕੇ ਵੀ ਤਾਂ ਵੀ ਬੰਦਾ ਬੈਨ ਲੈ ਸਕਦਾ ਇੱਕ ਵਾਰ ਚਲੋ ਕੋਸ਼ਿਸ਼ ਜ਼ਰੂਰ ਕਰਕੇ ਦੇਖਣੀ ਚਾਹੀਦੀ ਹੈ ਜੀ ਬਾਕੀ ਗੱਲ ਚਲੋ ਮਾਲਕ ਤੇ ਹੁੰਦੀ ਹੈ ਜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਨੈਕਸਟ ਕਾਲ ਜਾ ਰਹੇ ਹਾਂ ਜੀ ਨੰਬਰ 1 ਕਾਲਰ ਸਤਿ ਸ੍ਰੀ ਅਕਾਲ ਜੀ ਤੁਸੀਂ ਇੰਡੀਆ ਤੋਂ ਕਾਲ ਕਰ ਰਹੇ ਸਰ ਹਾਂਜੀ ਹਾਂਜੀ ਅੱਛਾ ਕਿੱਥੋਂ ਬੋਲ ਰਹੇ ਕਿਹੜੇ ਜ਼ਿਲ੍ਹੇ ਤੋਂ ਲੁਧਿਆਣੇ ਤੋਂ ਬੋਲ ਰਹੇ ਜੀ ਲੁਧਿਆਣੇ ਤੋਂ ਕੀ ਕੰਮ ਕਰਦੇ ਤੁਸੀਂ ਮੈਂ ਕਾਰ ਮਕੈਨਿਕ ਹਾਂ ਜੀ ਹਾਂਜੀ ਕਾਰ ਮਕੈਨਿਕ ਹਾਂ ਜੀ ਕਾਰ ਮਕੈਨਿਕ ਹਾਂਜੀ ਹਾਂਜੀ ਓਕੇ ਖੂਬ ਕਿੰਨੇ ਪੈਸਾ ਕਮਾ ਲੈਂਦੇ ਤੁਸੀਂ ਇੱਥੇ ਇੰਡੀਆ 'ਚ ਮੈਂ ਨਿਊਜ਼ੀਲੈਂਡ ਆ ਜੀ ਤੁਸੀਂ ਕਹਿੰਦੇ ਇੰਡੀਆ ਤੋਂ ਬੋਲ ਰਹੇ ਹੋ ਹੁਣ ਕਿ ਨਿਊਜ਼ੀਲੈਂਡ ਤੋਂ ਬੋਲ ਰਹੇ ਹੋ ਪਰ ਮੈਂ ਇੰਡੀਆ ਹੌਲੀਡੇ 'ਤੇ ਆਏ ਹੋਇਆ ਜੀ ਤੁਸੀਂ ਇੰਡੀਆ ਆਏ ਹੋਏ ਨਿਊਜ਼ੀਲੈਂਡ ਤੋਂ ਆਏ ਸੀ ਇੰਡੀਆ ਹੌਲੀਡੇ 'ਤੇ ਆਏ ਹੋਇਆ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਹਜ਼ੂਰ ਤੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਜੇ ਤੁਸੀਂ ਕੁੜੀਆਂ ਨੂੰ ਪੈਸੇ ਲਾਉਂਦੇ ਨੇ ਇੱਕ ਦੋ ਗੱਲਾਂ ਕੁੜੀਆਂ ਦਾ ਲਿਖਾ ਲਿਆ ਕਰੋ ਫਿਰ ਪੈਸੇ ਲਾਇਆ ਕਰਨ ਜੀ ਕਿਹੜੀ ਨੇ ਪੈਸੇ ਲਾਉਂਦੇ ਤੁਸੀਂ ਕੁਛ ਦਿਖਾ ਲਓ ਕੁਛ ਦਿਓ ਸਤਿ ਸ਼੍ਰੀ ਅਕਾਲ ਭਾਜੀ ਜੀ ਹਾਂਜੀ ਭਾਜੀ ਇਹ ਤਾਂ ਕਾਕੇ ਨੂੰ ਇਹ ਕਹਿਣਾ ਵੀ ਬੇਟਾ ਗਲਤ ਕਦਮ ਨਹੀਂ ਚੱਕਣਾ ਹੈਗਾ ਆਪਣੇ ਉਹਦੇ ਨਾਲ ਲੜਨਾ ਚਾਹੀਦਾ ਜਿਹੜਾ ਵੀ ਹੁੰਦਾ ਲੜਾਈ ਕਰਕੇ ਜਿੱਤਣਾ ਚਾਹੀਦਾ ਇਹਨਾਂ ਲੋਕਾਂ ਨੂੰ ਪਤਾ ਲੱਗੇ ਦੂਜੀ ਗੱਲ ਇਹ ਭਾਜੀ ਆਹ ਜਿਹੜੇ ਲੋਕ ਗਲਤ ਬੋਲਦੇ ਨੇ ਇਹਨਾਂ ਦੀ ਆਦਤ ਹੀ ਇਹੋ ਜਿਹੀ ਪੱਕ ਜਾਂਦੀ ਹੈ ਕਿਉਂਕਿ ਇੰਡੀਆ ਤੋਂ ਸਭ ਕੁਛ ਨਾਲ ਹੀ ਲੈ ਕੇ ਆਏ ਨੇ ਉੱਥੇ ਛੱਡ ਕੇ ਨਹੀਂ ਆਏ ਇਹਨਾਂ ਲੋਕਾਂ ਨੇ ਤਾਂ ਸਗੋਂ ਇਹ ਲੋਕ ਵੀ ਪੱਕੇ ਕਰਦੇ ਵੀ ਏਕਣ ਬੋਲਣਾ ਏਕਣ ਚੋਰੀਆਂ ਕਰਨੀਆਂ ਨੇ ਡਾਕੇ ਮਾਰਨੇ ਨੇ ਗੋਲੀਆਂ ਮਾਰਨੇ ਨੇ ਬਸ ਇਹੀ ਇਹਨਾਂ ਦੀ ਮੈਂਟੈਲਿਟੀ ਹੈ ਉਹੀ ਇੱਥੇ ਰੱਖਦੇ ਨੇ ਇਹ ਆਪਣੀ ਤੁਸੀਂ ਨਾ ਮਾਇੰਡ ਕਰਿਆ ਕਰੋ ਇਹਨਾਂ ਨੂੰ ਆਪੇ ਪ੍ਰਮਾਤਮਾ ਸਜ਼ਾ ਦਊਗਾ ਭੈਣ ਦੇਖੋ ਮੇਰੀ ਕਿੰਨੀ ਉਮਰ ਹੋ ਗਈ ਹੈ ਕਿੰਨੇ ਸਾਲ ਹੋ ਗਏ ਆ ਹਰ ਕਦੇ ਮੈਂ ਕੰਮ ਕਰਦਾ ਹਾਂ ਔਰ ਇੰਨਾ ਕੰਮ ਐਮਪੀ ਵੀ ਨਹੀਂ ਕਰਦੇ ਹੋਣਾ ਜਿੰਨੇ ਮੈਂ ਲੋਕਾਂ ਨੂੰ ਨਹੀਂ ਕਰਦੇ ਤੁਸੀਂ ਤੁਹਾਨੂੰ ਤਾਂ ਸਲੂਟ ਹੈ ਭਾਜੀ ਤੁਸੀਂ ਤਾਂ ਇੰਨੇ ਲੋਕਾਂ ਦੀ ਜ਼ਿੰਦਗੀ ਸਵਾਰਦੇ ਹੋ ਇੰਨਾ ਜ਼ੋਰ ਲਾਉਂਦੇ ਹੋ ਕੱਲ੍ਹ ਹੁਣ ਤੁਸੀਂ ਕਿੰਨਾ ਜ਼ੋਰ ਲਾਇਆ ਉਸ ਮੁੰਡੇ ਨੂੰ ਤੁਹਾਡਾ ਕਿਹੜਾ ਭਤੀਜਾ ਲੱਗਦਾ ਸੀ ਉਹ ਹਨਾ ਬਈ ਨਹੀਂ ਕਿਵੇਂ ਨਾ ਕਿਵੇਂ ਇਸ ਬੱਚੇ ਦਾ ਬਣ ਜਾਵੇ ਬੱਚੇ ਦਾ ਬਣ ਜਾਵੇ ਇਹਨਾਂ ਲੋਕਾਂ ਨੂੰ ਨਹੀਂ ਅਕਲ ਆਉਣੀ ਨਾ ਇਹਨਾਂ ਨੂੰ ਆਈ ਹੈ ਨਾ ਆਉਣੀ ਹੋਈ ਇਹਨਾਂ ਨੂੰ ਇਹਨਾਂ ਨੇ ਇਹੋ ਜਿਹਾ ਹੀ ਰਹਿਣਾ ਪਹਿਲੀ ਗੱਲ ਤਾਂ ਇਹ ਜਿਹੜਾ ਤੁਹਾਨੂੰ ਫੋਲੋਅਰ ਗਲਤ ਬੋਲ ਕੇ ਗਿਆ ਉਹਨੂੰ ਦੋ ਵਰਡ ਮੈਂ ਬੋਲਣੇ ਚਾਹੁੰਦਾ ਹਾਂ ਇੱਕ ਤਾਂ ਪਿਓਰ ਹਰਾਮ ਦੇ ਆ ਇੱਕ ਓਰੀਜਨਲ ਹਰਾਮ ਦੇ ਆ ਹਰਾਮ ਦੀ ਹੈ ਜੀ ਇਹੋ ਜਿਹੇ ਬੰਦੇ
ਦੂਜੀ ਗੱਲ ਭਾਜੀ ਮੈਂ ਜਿਹੜਾ ਬਈ ਸਟ੍ਰੈਸ ਚ ਆਪਣਾ ਅਰਸ਼ਵੀਰ ਇਹਨੂੰ ਮੈਂ ਟਿਪ ਦੇਣੀ ਚਾਹੁੰਦਾ ਤਿੰਨ ਚਾਰ ਗੱਲਾਂ ਨੇ ਇੱਕ ਤਾਂ ਵੀਰ ਨੂੰ ਕਹਿਣਾ ਬਈ ਗੁਰਬਾਣੀ ਪੜਿਆ ਕਰੋ ਜਾਂ ਸੁਣਿਆ ਕਰੋ ਹਨਾ ਜੇ ਨਹੀਂ ਪੜ੍ਹ ਸਕਦੇ ਦੂਜੀ ਗੱਲ ਆ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਓ ਹਨਾ ਉੱਥੇ ਦਰਸ਼ਨ ਕਰੋ ਇਸ਼ਨਾਨ ਕਰੋ ਹਨਾ ਸਰੋਵਰ ਚ ਤੀਜੀ ਗੱਲ ਇਹ ਆ ਵੀ ਬਾਸੀ ਸਾਹਿਬ ਤੋਂ ਟਿਪਸ ਲੈ ਸਕਦੇ ਹੋ ਹਨਾ ਵੀ ਇਹਨਾਂ ਦੀ ਜ਼ਿੰਦਗੀ ਚ ਵੀ ਸਟ੍ਰੈਸ ਬਹੁਤ ਰਹਿੰਦੀ ਹੈ ਰੋਜ਼ ਪ੍ਰੋਗਰਾਮ ਕਰਦੇ ਹਨਾ ਸੋ ਬਾਸੀ ਸਾਹਿਬ ਤੁਸੀਂ ਵੀ ਟਿਪਸ ਦੇ ਸਕਦੇ ਹੋ ਚੌਥੀ ਗੱਲ ਇਹ ਆ ਵੀ ਬਾਸੀ ਸਾਹਿਬ ਦੇ ਇੱਕ ਪਰਮ ਮਿੱਤਰ ਨੇ ਹਨਾ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਹਨਾ ਉਹਨਾਂ ਦੇ ਤੁਸੀਂ ਦਿਮਾਗ ਸੁਣ ਸਕਦੇ ਹੋ ਆਨਲਾਈਨ ਯੂਟਿਊਬ ਤੇ ਪਏ ਹੁੰਦੇ ਆ ਰਹੇ ਸੋ ਇੱਦਾਂ ਬਸ ਇੰਨੀਆਂ ਗੱਲਾਂ ਨੇ ਵੀਰੇ ਸਟ੍ਰੈਸ ਦੂਰ ਕਰੋ ਹਨਾ ਬਾਕੀ ਸਾਰਾ ਕੁਛ ਤਾਂ ਹੁੰਦੇ ਜਿਹੜੇ ਨਾ ਤੁਸੀਂ ਦੇ ਕੇ ਚੱਲੇ ਹੋ ਕਿ ਲੈ ਕੇ ਚੱਲੇ ਮੇਰੇ ਕੋਲੋਂ ਨੈਕਸਟ ਕਾਲ ਓ ਮਾਈ ਗੋਡ ਨੰਬਰ ਥ੍ਰੀ ਕਾਲਰ ਪੇਪਰ ਤਾਂ ਕਿ ਉਹਨਾਂ ਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਹੋਣ ਤੇ ਦੂਜਾ ਬਾਸੀ ਜੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਆਈ ਲਵ ਯੂ ਥੈਂਕ ਯੂ ਸੋ ਮਚ ਨੈਕਸਟ ਕਾਲ ਪਲੀਜ਼ ਨੰਬਰ 4 ਕਾਲਰ ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ ਜੀ ਹੈਲੋ ਪਲੀਜ਼ ਮੋਨੀਟਰ ਕਰੋ ਕਾਲ ਨੂੰ ਪਲੀਜ਼ ਮੇਰਾ ਕਿਹੜਾ ਮੇਰਾ ਨੰਬਰ ਕਿਹੜਾ ਹੈ ਜੀ ਕੈਰੀ ਔਨ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਤਰਵਿੰਦਰ ਸਿੰਘ ਹੈ ਜੀ ਮੈਂ ਤੁਹਾਨੂੰ ਤੁਹਾਡੀ ਮੈਂ ਤੁਹਾਨੂੰ ਸਲੂਟ ਕਰਦਾ ਪਿਛਲੇ 40 ਸਾਲ ਤੋਂ ਉੱਪਰ ਤੁਸੀਂ ਇਹ ਕਮਿਊਨਿਟੀ ਲਈ ਪ੍ਰੋਗਰਾਮ ਚਲਾ ਰਹੇ ਹੋ ਤੇ ਆਈ ਐਮ ਵੈਰੀ ਸਰਪ੍ਰਾਈਜ਼ ਕਿ ਪੀਪਲ ਤੁਹਾਨੂੰ ਐਪਰੀਸ਼ੀਏਟ ਨਹੀਂ ਕਰਦੇ ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਕਿੱਦਾਂ ਇੰਨਾ ਸਟ੍ਰੈਸ ਬਿਹੇਵ ਕਰ ਲੈਂਦੇ ਐਂਗਜ਼ਾਇਟੀ ਆਪਣੀ ਫੈਮਿਲੀ ਪ੍ਰੋਬਲਮ ਸਭ ਕੁਝ ਕਰਕੇ ਇੰਨਾ ਕੁਝ ਕਮਿਊਨਿਟੀ ਲਈ ਕਰ ਰਹੇ ਹੋ ਇਹ ਲੋਕ ਸਮਝਦੇ ਨਹੀਂ ਹੈ ਵਿੱਚ ਆ ਕੇ ਐਵੇਂ ਜਿਹੜੀਆਂ ਬੇਫਾਲਤੂ ਐਰੋਗੈਂਸੀ ਦਿਖਾ ਜਾਂਦੇ ਆ ਆਈ ਡੋਂਟ ਨੋ ਉਹਨਾਂ ਐਜੂਕੇਸ਼ਨ ਲੈਵਲ ਕੀ ਹੈ ਕੀ ਨਹੀਂ ਆ ਤੇ ਦੂਜੀ ਗੱਲ ਹੈ ਜੀ ਅਸੀਂ ਪੁਰਾਣੇ ਜ਼ਮਾਨੇ ਆਏ ਸੀ ਮੈਂ ਆਪਣੇ ਦਮ ਤੇ ਮਗੇਲ ਯੂਨੀਵਰਸਿਟੀ ਆਇਆ ਸੀ 19 ਤੋਂ ਵੱਡਾ ਹੈ ਜੀ 69 'ਚ ਆਇਆ ਸੀ ਮੈਂ PhD ਕੀਤੀ ਸੀ ਫਿਜ਼ਿਕਸ ਦੇ ਵਿੱਚ ਮੈਨੂੰ ਫਿਰ ਯੂਨਾਈਟਿਡ ਸਟੇਟਸ ਆ ਗਿਆ ਸੀ ਅੱਜ ਕੱਲ੍ਹ ਮੁੰਡੇ ਕੰਮ ਹੀ ਨਹੀਂ ਕਰਦੇ ਪੜ੍ਹਦੇ ਨਹੀਂ ਹੈ ਕੁੜੀਆਂ ਨੂੰ ਕਰਾਉਂਦੇ ਜਾਂ ਤੁਸੀਂ ਸਵਾਲ ਪੁੱਛਦੇ ਹੋ ਆਨਸਰ ਯੈਸ ਨੋ ਦਿੰਦੇ ਨਹੀਂ ਹੈ ਦੇ ਜਸਟ ਜਿਹੜਾ ਮੁੰਡਾ ਪੜ੍ਹਿਆ ਕੁੜੀਆਂ ਦੀ ਵੀ ਬਹੁਤ ਗਲਤੀਆਂ ਮੈਨੂੰ ਤਾਂ ਸਮਝ ਲੱਗਦੀ ਮੁੰਡੇ ਕਿਉਂ ਨਹੀਂ ਤੁਸੀਂ ਬਹੁਤ ਜ਼ਿਆਦਾ ਪਹਿਲਾਂ ਦੇ ਆਏ ਹੋ ਜੀ ਆਲਮੋਸਟ ਲਾਈਕ ਉਦੋਂ ਮੇਰੇ ਫਾਦਰ ਵੀ ਨਿੱਕੇ ਜਿਹੇ ਹੁੰਦੇ ਜਦੋਂ ਦੇ ਤੁਸੀਂ ਗੱਲ ਕਰ ਰਹੇ ਆਏ ਹੋ ਪਰ ਇੱਕ ਗੱਲ ਬਾਸੀ ਸਾਹਿਬ ਇਹਦੇ ਵਿੱਚ ਮੈਂ ਇਹ ਐਡ ਕਰਨੀ ਚਾਹੂੰਗਾ ਠੀਕ ਆ ਮੈਂ ਮੰਨਦਾ ਮੁੰਡੇ ਨਹੀਂ ਪੜ੍ਹਦੇ ਮੰਨ ਲਿਆ ਮੁੰਡੇ ਨਹੀਂ ਪੜ੍ਹਦੇ ਹੈ ਨਾ ਚਲੋ ਇੱਥੋਂ ਤੱਕ ਕਈ ਨਖੱਟੂ ਵੀ ਕਹਿ ਲੈਣਗੇ ਮੈਂ ਮੰਨ ਲੈਂਦਾ ਚਲੋ ਨਖੱਟੂ ਨੇ ਜਿਨ੍ਹਾਂ ਨੇ ਆਲਸ ਵਾਲੀਆਂ ਕੁੜੀਆਂ 'ਤੇ ਪੈਸੇ ਲਾਤੇ ਨਾ ਪਰ ਮੈਂ ਐਗਰੀ ਨਹੀਂ ਇਸ ਗੱਲ ਨਾਲ ਪਰ ਕੁੜੀਆਂ ਤਾਂ ਫਿਰ ਪੜ੍ਹੀਆਂ ਲਿਖੀਆਂ ਨੇ ਨਾ ਉਹ ਪੜ੍ਹੀਆਂ ਲਿਖੀਆਂ ਹੋ ਕੇ ਵੀ ਇਹੋ ਜਿਹਾ ਘਟੀਆ ਫੈਸਲਾ ਲੈਂਦੀਆਂ ਇੱਥੇ ਆ ਕੇ ਜਾਂ ਤਾਂ ਮਤਲਬ ਕਿ ਕਿਸੇ ਹੋਰ ਵੱਲ ਅਟਰੈਕਟ ਹੋ ਜਾਂਦੀਆਂ ਨੇ ਜਾਂ ਫਿਰ ਉਹਨੂੰ ਮੁੰਡੇ ਨੂੰ ਬਿਨਾਂ ਕਿਸੇ ਕਾਰਨ ਛੱਡ ਦਿੰਦੀਆਂ ਨੇ ਫਿਰ ਉਹਨਾਂ ਦੀ ਇਹੋ ਜਿਹੀ ਪੜ੍ਹੀ ਲਿਖੀ ਉਹਨਾਂ ਨੂੰ ਗਿਣੀ ਜਾਵੇ ਇਕੱਲਾ ਆਲਸ ਕਰ ਲਿਆ ਕਰਕੇ ਉਹਨੂੰ ਪੜ੍ਹੀ ਲਿਖੀ ਗਿਣਿਆ ਜਾਵੇ ਕਿ ਉਹਨੂੰ ਜੇ ਸਮਾਜ ਵਿੱਚ ਵਰਤਣਾ ਲਾਇਕ ਜਾਂ ਵਿਚਰਨਾ ਆਉਂਦਾ ਗਾ ਉੱਥੋਂ ਉਹਨੂੰ ਗਿਣਿਆ ਜਾਵੇ ਇਹੋ ਜਿਹੀ ਪੜ੍ਹੀ ਲਿਖੀ ਗੁੱਡੀ ਦਾ ਵੀ ਕੀ ਫਾਇਦਾ ਫਿਰ ਉਹ ਤਾਂ ਤੁਹਾਡੀ ਗੱਲ ਮੈਂ ਤੁਹਾਡੇ ਨਾਲ ਬਿਲਕੁਲ 100% ਸਹਿਮਤ ਹਾਂ ਜੀ ਪਰ ਗੱਲ ਇਹ ਹੈ ਜੀ ਕਿ ਕੁੜੀਆਂ ਜਿਹੜੀਆਂ ਨਾ ਜੀ ਆ ਕੇ ਤੇ ਤੁਹਾਨੂੰ ਪਤਾ ਹੈ ਦੇਸ਼ 'ਚ ਉੱਥੇ ਹੁੰਦੀਆਂ ਉਹਨਾਂ ਨੂੰ ਫਰੀਡਮ ਨਹੀਂ ਹੁੰਦੀ ਕੋਈ ਲਿਬਰਟੀ ਨਹੀਂ ਹੁੰਦੀ ਇੱਥੇ ਆ ਕੇ ਦੇ ਚੇਂਜ ਤੇ ਬਸ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਨੰਬਰ 3 ਕਾਲਰ ਪਲੀਜ਼ ਬਾਸੀ ਸਾਹਿਬ ਜੀ ਤੇ ਮੇਰੀ ਅਰਸ਼ਦੀਪ ਨਾਲ ਗੱਲ ਹੋ ਸਕਦੀ ਮੈਂ ਵੀ ਅਰਸ਼ਦੀਪ ਬੋਲ ਰਿਹਾ ਕੈਲੀਫੋਰਨੀਆ ਤੋਂ ਵੀਰੇ ਕਿੰਨੇ ਪੈਸੇ ਲਾ ਕੇ ਆਏ ਹੋ ਤੁਸੀਂ ਕੈਨੇਡਾ ਨਹੀਂ ਆਏ ਨੇ ਇੰਡੀਆ ਹੀ ਹੈ ਅਰਸ਼ਦੀਪ ਤਾਂ ਅੱਛਾ ਜੀ ਕਿੰਨੇ ਪੈਸੇ ਲਾਏ ਸੀ ਤੁਸੀਂ ਅਰਸ਼ਦੀਪ ਕਿੰਨੇ ਪੈਸੇ ਸਪੈਂਡ ਕੀਤੇ ਆ ਆਲਮੋਸਟ ਭਾਈ 25 ਲੱਖ ਰੁਪਏ ਦੇ ਪੇਪਰ ਨੇ ਮੇਰੇ ਕੋਲ ਤੇ ਉਸ ਤੋਂ ਵੱਧ ਹੀ ਲੱਗ ਚੁੱਕੇ ਆ ਜਿਹੜੇ ਕਿਸੇ ਗਿਣਤੀ 'ਚ ਹੀ ਹੈ ਨਹੀਂ ਠੀਕ ਹੈ ਵੀਰੇ ਮੈਂ ਨਾ ਤੇਰੀ ਗੱਲ ਕਰਨਾ ਤੁਹਾਡੀ ਆਵਾਜ਼ ਨਹੀਂ ਆ ਰਹੀ ਦੁਬਾਰਾ ਕਰੋ ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ ਓਕੇ ਨੈਕਸਟ ਕਾਲ ਨੰਬਰ 2 ਕਾਲ ਪਲੀਜ਼ ਸੁਣ ਗੱਲ ਲਾਈਨ 'ਤੇ ਹੋ ਨੰਬਰ 2 ਲਾਈਨ 'ਤੇ ਹੋ ਜੀ ਸਿਰ ਸਾਹਿਬ ਮਿਸ ਸਲਮਾਨ ਨਾਲ ਗੱਲ ਕਰਨੀ ਹੈ ਔਰ ਟੈਲੀਟਾਈਮ ਨਾਲ ਗੱਲ ਕਰਨੀ ਹੈ ਪਲੀਜ਼ ਪ੍ਰੋਸੀਡ ਕਰੋਗੇ ਨੰਬਰ 2 ਕਾਲਰ ਲਾਈਨ 'ਤੇ ਹੋ
ਨੰਬਰ 1 ਕਾਲਰ ਪਲੀਜ਼ ਲਾਈਨ ਤੇ ਹੋ। ਹਾਂਜੀ ਤੁਸੀਂ ਲਾਈਨ ਤੇ ਸਰ ਬੋਲੋ ਜੀ। ਹਾਂਜੀ ਮੈਂ ਜੀ ਬਾਸੀ ਸਾਹਿਬ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ, ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਜੀ। ਬਾਅਦ ਚ ਗੱਲ ਕਰ ਲੈਣਾ ਪਲੀਜ਼, ਆਮ ਸੌਰੀ। ਸੋ ਸਾਡੀ ਲਾਈਨ ਜਿਹੜੀ ਡਿਸਕਨੈਕਟ ਹੋ ਗਈ ਹੈ ਔਰ ਅਸੀਂ ਤੁਹਾਡੇ ਸੇਵ ਵਿੱਚ ਦੱਸਦੇ ਤੁਸੀਂ ਆਉਣ ਸਮੇਂ ਵਿੱਚ ਵਿਆਹ ਸ਼ਾਦੀ ਆਪਣੇ ਅਰਸ਼ਦੀਪ ਅਸੀਂ ਇਹ ਸਟੋਰੀ ਨੂੰ ਇਨਕੰਪਲੀਟ ਕਰਦੇ ਹਾਂ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕੋਈ ਪਰਿਵਾਰ ਦਾ ਮੈਂਬਰ ਤੁਹਾਡੇ ਨਾਲ ਸਾਡੇ ਨਾਲ ਗੱਲ ਕਰ ਸਕੇ ਜੀ। ਹਾਂਜੀ ਗੱਲ ਸਭ ਕੀ ਕਹਿਣਾ ਚਾਹੁੰਦੇ ਲਾਸਟ ਕਾਲਰ? ਮੈਂ ਕਹਿ ਰਿਹਾ ਸੀ ਵੀ ਇਹ ਜਿੰਨਾ ਚਿਰ ਇਹ ਜਿਹੜੇ ਬਿਜ਼ਨਸ ਜਿਹੜਾ ਮੈਰਿਜ ਵਾਲਾ ਬਿਜ਼ਨਸ ਚੱਲਦਾ ਪਿਆ ਨਾ ਜੇ ਇਹ ਬਾਹਰ ਆਉਣ ਵਾਸਤੇ ਇਹ ਜਿੰਨਾ ਚਿਰ ਬੰਦ ਨਹੀਂ ਹੁੰਦਾ ਇੰਨਾ ਚਿਰ ਇਹ ਇਸੇ ਤਰ੍ਹਾਂ ਹੀ ਜਿਹੜੇ ਨੇ ਇਹ ਕੇਸ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ। ਕੋਈ ਲੜਕਾ ਇੱਥੇ ਕਿਸੇ ਨੇ ਫਾਹ ਲੈ ਲਿਆ, ਕਿਸੇ ਨੇ ਇੰਡੀਆ ਲੜਕੀ ਨੇ ਫਾਹ ਲੈ ਲਿਆ, ਸਟੋਰੀ ਇਨਕੰਪਲੀਟ ਹੈ।